सतगुर के जन्मे गवन मटाया कहने सतगुर के जन्मे गवन मटाया अनहद राते ए मन लाया शायद ऐसे गल नु लिख रहा हो सतगुर नानक प्रगटया नानक दे ना सतगुर के जन्मे सतगुर जन्मे नानक दे अंदर तो इहदा मतलब नानक हो रहा सतगुर हो रहा ਇਹ ਆਵਾਗਮਨ ਮੇਰਾ ਗੱਲ ਮਿਟਿਆ ਮੇਰੇ ਜਨਮ ਨਾਲ ਨਹੀਂ ਮਿਟਿਆ ਸਤਿਗੁਰ ਦੇ ਜਨਮ ਨਾਲ ਮਿਟਿਆ ਫਿਰ ਨਾਨਕ ਤੋਂ ਸਤਿਗੁਰ ਵੱਖਰਾ ਹੈ ਨਾਨਕ ਆਇਆ ਸੀ ਜੰਮਿਆ ਸੀ ਉਦੋਂ ਸਤਿਗੁਰ ਨਹੀਂ ਸੀ ਜਨਮਿਆ ਨਾਨਕ ਜੰਮਿਆ ਸੀ ਉਹ ਕਹਿੰਦਾ ਮੇਰਾ ਆਵਾਗਮਨ ਕਿਵੇਂ ਮਿਟਿਆ ਸਤਿਗੁਰ ਦਾ ਜਨਮ ਹੋਇਆ ਮੇਰੇ ਅੰਦਰ ਸੱਚ ਦਾ ਗਿਆਨ ਮੇਰੇ ਅੰਦਰੋਂ ਪ੍ਰਗਟ ਹੋਇਆ ਮੈਂ ਇੱਕ ਹੋ ਕੇ ਉੱਗਿਆ ਜਦ ਇੱਕ ਹੋਏ ਤੇ ਉੱਗਵੇ ਜਿਹੜਾ ਇੱਕ ਹੋ ਕੇ ਉੱਗਣਾ ਉਹ ਸਤਿਗੁਰ ਦਾ ਜਨਮ ਹੈ ਕਿਉਂ ਕਿਉਂ ਜਨਮ ਹੈ ਜਿਹੜਾ ਜੰਮਿਆ ਸੀ ਉਹ ਮਰ ਗਿਆ ਪਹਿਲਾਂ ਸ਼ਬਦ ਮਰੇ ਮਰਿਆ ਫੁਣ ਜੀਵੇ ਜਿਹੜਾ ਪਹਿਲਾਂ ਜੰਮਿਆ ਸੀ ਉਹ ਮਰਿਆ ਜਿਹੜਾ ਸਰੀਰ 'ਚ ਜੰਮਿਆ ਸੀ ਨਾਨਕ ਉਹ ਮਰ ਗਿਆ ਉਹ ਅੰਦਰਲਾ ਜਿਹੜਾ ਗੁਰ ਸੀ ਦੋ ਟੁਕੜੇ ਹੋ ਜਾਂਦੇ ਨੇ ਦਾਲ ਦੇ ਜਿਹੜਾ ਤਾਂ ਲੈਂਦਾ ਸਾਹ ਉਹਨੂੰ ਕਹਿੰਦੇ ਨੇ ਗੁਰ ਜਿਹੜਾ ਤਿਰਕੁਟੀ ਦੇ ਵਿੱਚ ਹੈ ਉਹ ਹੈ ਚੇਲਾ ਇਹ ਗੁਰਬਾਣੀ ਦੇ ਵਿੱਚ ਇਸ ਗੱਲ ਦੀ ਸਮਝ ਆਉਂਦੀ ਹੈ ਗੁਰ ਚੇਲੇ ਕੀ ਸੰਧ ਬਣਾਈ ਇਹ ਗੁਰ ਚੇਲੇ ਨੇ ਦੋਹਾਂ ਨੇ ਰਲ ਕੇ ਇੱਕ ਹੋਣ ਕਿਉਂਕਿ ਉਹ ਜਿਹੜਾ ਅੰਦਰਲਾ ਹੈ ਗੁਰ ਕਿਆ ਸਤਿਗੁਰ ਗੁਰ ਸਤਿਗੁਰ ਕਾ ਗੁਰ ਨੂੰ ਸਤਿਗੁਰ ਕਹਿਣ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਹੁਣ ਗੁਰ ਸਤਿਗੁਰ ਕਦ ਬਣਦਾ ਸਵਾਲ ਇਹ ਗੁਰ ਸਭ ਦੇ ਅੰਦਰ ਸਤਿਗੁਰ ਕਦ ਬਣਦਾ ਸਤਿਗੁਰ ਇੱਕ ਤਾਂ ਗੁਣ ਵਾਚਕ ਨਾ ਹੋਏ ਉਹਦਾ ਇਸ ਕਰਕੇ ਕਦੇ ਮਰਦਾ ਹੀ ਨਹੀਂ ਉਹ ਸਤਿਗੁਰ ਤਾਂ ਹੈ ਸਤ ਸਰੂਪ ਹੈ ਇੱਕ ਸਤਿਗੁਰ ਦਾ ਜਨਮ ਕਦ ਹੁੰਦਾ ਜਦ ਉਹ ਦੋ ਹਿੱਸਿਆਂ 'ਚੋਂ ਮਾਇਆ ਤਿਆਗ ਕੇ ਮਾਇਆ ਦਾ ਮੋਹ ਛੱਡ ਕੇ ਇੰਨੀ ਸਮਝ ਆ ਜਾਂਦੀ ਹੈ ਗੁਰਬਾਣੀ ਦੀ ਮਾਇਆ ਦਾ ਮੋਹ ਛੱਡ ਕੇ ਉਹਦਾ ਮਨ ਜਦ ਸਤਿਗੁਰ ਜਾਂ ਜਿਹੜਾ ਗੁਰਦੇਵ ਹੈ ਜਿਹਨੂੰ ਗੁਰਦੇਵ ਮਾਤਾ ਗੁਰਦੇਵ ਪਿਤਾ ਕਿਹਾ ਉਹ ਗੁਰਦੇਵ ਦਾ ਮਨ ਸ਼ੁੱਧ ਹੋ ਜਾਂਦਾ ਫਿਰ ਉਹ ਸਤਿਗੁਰ ਬਣ ਜਾਂਦਾ ਜਿੰਨਾ ਚਿਰ ਮਨ ਮਿਲੀ ਨਾ ਉਹਨਾਂ ਚਿਰ ਗੁਰਦੇਵ ਹੈ ਮਨ ਉਸੇ ਦਾ ਹੈ ਮਨ ਹੋਰ ਕਿਸੇ ਦਾ ਨਹੀਂ ਜਿਹੜਾ ਮਨ ਹੈ ਨਾ ਸਰੀਰ ਦੇ ਵਿੱਚ ਉਸੇ ਦਾ ਮਨ ਦੱਲੇ ਦਾ ਹੀ ਹਾਂ ਉਹ ਚਿੱਤ ਹੈ ਉਹਦਾ ਨਾਮ ਹੈ ਮਨ ਚਿੱਤ ਦਾ ਹੀ ਮਨ ਹੈ ਇਹ ਮਨ ਮਲੀਨ ਜਦੋਂ ਮਨ ਸ਼ੁੱਧ ਹੋ ਜਾਂਦਾ ਗੁਰਬਾਣੀ ਪੜ੍ਹ ਕੇ ਗੁਰਬਾਣੀ ਨੂੰ ਸਮਝ ਕੇ ਗੁਰਬਾਣੀ ਨੂੰ ਮੰਨ ਕੇ ਫਿਰ ਮਨ ਚਿੱਤ ਇੱਕ ਹੋ ਜਾਂਦਾ ਫਿਰ ਚਿੱਤ ਦੀ ਪ੍ਰਧਾਨਗੀ ਉੱਥੇ ਮਨ ਦੀ ਪ੍ਰਧਾਨਗੀ ਸਰੀਰ 'ਚ ਹੈ ਸਿਰਫ ਮਨ ਦੀ ਹੋਂਦ ਸਰੀਰ ਕਰਕੇ ਬਸ ਸਰੀਰ ਤੋਂ ਬਾਅਦ ਮਨ ਦੀ ਹੋਂਦ ਖਤਮ ਜਿੰਨਾ ਚਿਰ ਸਾਡਾ ਮਨ ਬੇਕਾਬੂ ਹੈ ਉਹਨਾਂ ਚਿਰ ਮਨ ਸਭ ਤੋਂ ਵੱਖਰਾ ਜਾਂ ਸਾਡੇ ਕਾਬੂ ਆ ਗਿਆ ਫਿਰ ਸਾਡੇ ਹੁਕਮ 'ਚ ਹੈ ਮਨ ਫਿਰ ਮਨ ਦੀ ਕੋਈ ਵੈਲਿਊ ਨਹੀਂ ਰਹਿੰਦੀ ਮਨ ਕੋਈ ਫੈਸਲਾ ਨਹੀਂ ਕਰ ਸਕਦਾ ਮਨ ਦੀ ਕੋਈ ਇੱਛਾ ਨਹੀਂ ਰਹਿੰਦੀ ਇੱਛਾ ਨਹੀਂ ਰਹਿੰਦੀ ਮਨ ਵੀ ਨਹੀਂ ਰਹਿੰਦਾ ਜਿੰਨਾ ਚਿਰ ਇੱਛਾ ਉਹਨਾਂ ਚਿਰ ਮਨ ਸੰਸਾਰੀ ਇੱਛਾ ਫਿਰ ਮਨ ਦੇ ਵਿੱਚ ਇੱਛਾ ਇੱਕ ਹੋਰ ਪੈਦਾ ਹੁੰਦੀ ਹੈ ਮੇਰਾ ਮਨ ਲੋਚਾ ਹੈ ਗੁਰਦਰਸ਼ਨ ਕਰੀ ਇਹ ਨਹੀਂ ਮਨ 'ਚੋਂ ਇੱਛਾ ਖਤਮ ਕਰਨੀ ਹੈ ਮਾਇਆ ਦੀ ਇੱਛਾ ਤੋਂ ਬਾਅਦ ਆਪਣੇ ਮੂਲ ਦੀ ਇੱਛਾ ਪੈਦਾ ਕਰਨੀ ਹੈ ਇੱਛਾ ਮਨ 'ਚ ਜ਼ਰੂਰ ਰੱਖਣੀ ਹੈ ਇੱਛਾ ਤੋਂ ਮਨ ਖਾਲੀ ਨਹੀਂ ਰਹਿ ਸਕਦਾ ਅਸੀਂ ਇਹਨੂੰ ਨਿਰੀਛਿਤ ਕਰਦੇ ਹਾਂ ਗਲਤ ਹੈ ਨਿਰੀਛਿਤ ਨਹੀਂ ਹੋ ਸਕਦਾ ਮਨ ਕਦੇ ਵੀ ਵੈਕੂਮ ਹੈ ਉੱਥੇ ਖਾਲੀ ਨਹੀਂ ਰਹਿ ਸਕਦਾ ਮਨ ਖਾਲੀ ਵੀ ਨਹੀਂ ਮਨ ਟਿਕਦਾ ਹੁੰਦਾ ਖਾਲੀ ਦਾ ਅਗਿਆਨਤਾ ਹੁੰਦੀ ਹੈ ਥੋਥਾ ਚਲਾ ਵੱਜੇ ਕਣਾ ਖਾਲੀ ਤਾਂ ਹੁਣ ਹੈ ਮਨ ਹੁਣ ਖਾਲੀ ਹੈ ਮਾਇਆ ਤਾਂ ਬਾਹਰ ਹੈ ਤੇ ਮਾਇਆ ਅੰਦਰ ਨਹੀਂ ਹੈ ਫਿਰ ਗਿਆਨ ਨਾਲ ਭਰ ਜਾਂਦਾ
ਸਗੋਂ ਜਦੋਂ ਗਿਆਨ ਨਾਲ ਭਰ ਜਾਂਦਾ, ਚਾਨਣ ਹੋ ਜਾਂਦਾ ਤਾਂ ਮਾਇਆ ਮਨ ਛੱਡ ਜਾਂਦਾ ਬਾਹਰ, ਮਾਇਆ ਦਾ ਮੋਹ ਛੱਡ ਜਾਂਦਾ, ਅੰਦਰਲੇ ਨੂੰ ਮੋਹ ਹੋ ਜਾਂਦਾ, ਜੋ ਅੰਦਰ ਸੌਦਾ ਉਹਦੇ ਨਾਲ ਮੋਹ ਹੋ ਜਾਂਦਾ। ਜਿਹਦੇ ਅੰਦਰ ਖਜ਼ਾਨਾ ਦੱਬਿਆ ਹੋਵੇ ਨਾ, ਜਾਂ ਫਸਲ ਜਿੰਨਾ ਚਿਰ ਖੇਤ ਜਾਂ ਖੇਤ 'ਚ ਧਿਆਨ ਹੈ, ਜਾਂ ਫਸਲ ਘਰ ਆ ਗਈ ਹੋਵੇ ਘਰ ਧਿਆਨ, ਜੇ ਫਸਲ ਘਰ ਆ ਗਈ ਫਿਰ ਫਿਰ ਧਿਆਨ ਖੇਤ 'ਚ ਕਰ ਲੂ। ਫਸਲ ਤਾਂ ਉਹਦੇ ਘਰ ਹੈ, ਘਰ 'ਚ ਧਿਆਨ, ਨੁਕਸਾਨ ਫਿਰ ਘਰੋਂ ਹੀ ਹੋਣਾ, ਫਿਰ ਬਾਹਰੋਂ ਕਿੱਥੋਂ ਹੋਣਾ। ਜਿੰਨਾ ਚਿਰ ਫਸਲ ਖੇਤ 'ਚ ਹੈ ਖੇਤ 'ਚ ਨੁਕਸਾਨ ਹੈ, ਜਾਂ ਘਰ ਆ ਗਈ ਤਾਂ ਘਰ ਨੁਕਸਾਨ, ਉਹਦਾ ਤਾਂ ਸਭ ਕੁਝ ਘਰ 'ਚ ਆ ਗਿਆ, ਸਭ ਕੁਝ ਘਰ ਮੈਂ ਬਾਹਰ ਨਾ ਹੀ। ਜਿਹਦਾ ਬਾਹਰ ਕੁਛ ਹੈ ਹੀ ਨਹੀਂ, ਸਭ ਕੁਝ ਘਰ ਮੈਂ ਹੈ, ਉਹਦਾ ਧਿਆਨ ਬਾਹਰ ਕੀ ਕਰਨ। ਬਸ ਇੱਥੇ ਹੀ ਫਰਕ ਹੈ ਧਿਆਨ ਦਾ, ਇੱਥੋਂ ਧਿਆਨ ਉੱਠ ਜਾਂਦਾ। ਜਦੋਂ ਸਭ ਕੁਝ ਘਰ ਮੈਂ ਬਾਹਰ ਨਾ ਹੀ, ਫਿਰ ਧਿਆਨ ਬਾਹਰ ਜਾਂਦਾ ਨਹੀਂ, ਬਾਹਰ ਕਾਹਨੂੰ ਜਾਣਾ ਧਿਆਨ। ਫਸਲ ਤਾਂ ਸਾਰੀ ਘਰ 'ਚ ਹੈ, ਧਨ ਤਾਂ ਸਾਰਾ ਘਰ 'ਚ, ਖਜ਼ਾਨਾ ਦੇ ਘਰ ਦੱਬਿਆ ਹੋਇਆ, ਜਾਂ ਅੰਦਰਲੇ ਖਜ਼ਾਨੇ ਦਾ ਪਤਾ ਲੱਗ ਜਾਂਦਾ। ਬਾਹਰ ਤਾਂ ਕੁਛ ਵੀ ਨਹੀਂ, ਕੌਡੀਆਂ ਨੇ ਬਾਹਰ, ਹੀਰਿਆਂ ਦਾ ਖਜ਼ਾਨਾ ਅੰਦਰੋਂ ਮਿਲ ਗਿਆ, ਬਾਹਰ ਵਾਲੀਆਂ ਕੌਡੀਆਂ ਨੂੰ ਕੌਣ ਪੁੱਛਦਾ। ਬਾਹਰ ਜ਼ਮੀਨ ਜ਼ਰੂਰ ਹੈ, ਉਹ ਪੇੜ ਪੌਦੇ ਵੀ ਹੋਣਗੇ, ਕੋਈ ਕੀ ਹੈ ਪੇੜ ਲੈ ਜੂ, ਕੱਟ ਕੇ ਕੀ ਲੈ ਜੂਗਾ ਪੇੜ, ਭਲਾ ਕਿੰਨੇ ਕੁ ਦਾ ਉਹ। ਜੇ ਤੋ ਹੀਰਿਆਂ ਦੀ ਬਣ ਲੈਗੇ ਭਰ ਕੇ, ਫਿਰ ਇਹਦਾ ਧਿਆਨ ਰੱਖੂ, ਉਹਦਾ ਰੱਖੂਗਾ। ਇੱਥੋਂ ਇੱਕ ਹੀਰਾ ਵੀ ਜੇ ਲੱਗਿਆ, ਸਾਰੀ ਜ਼ਮੀਨ ਦੀ ਕੀਮਤ ਹੈ ਉਹ, ਇਹਨਾਂ ਦਾ ਧਿਆਨ ਰੱਖੂ, ਉਹਨਾਂ ਦਾ ਰੱਖੂਗਾ। ਇੱਕ ਔਗਣ ਵੀ, ਇੱਕ ਕੁੰਡ ਵੀ ਔਗਣਾਂ 'ਚ ਬਦਲ ਗਿਆ, ਖਤਰਾ ਪੈਦਾ ਹੋ ਜੂ। ਧਿਆਨ ਘਰ ਰੱਖਣਾ ਪਊਗਾ, ਹੀਰਾ ਹੱਥ ਜਿਹੜੇ ਉਹ ਨਿਰਮੋਲਕ ਸੰਸਾਰੀ, ਸੰਸਾਰ 'ਚ ਕੀ ਰੱਖਿਆ ਕੌਡੀਆਂ, ਸਰੀਰ ਦੀਆਂ ਲੋੜਾਂ ਨੇ ਪੂਰੀਆਂ ਹੋ ਜਾਣਗੀਆਂ, ਆਪੇ ਹੋਈ ਜਾਂਦੀਆਂ। ਉਦੋਂ ਤਾਂ ਫਿਰ ਸਿੱਧੀਆਂ ਸਿੱਧੀਆਂ ਮਗਰ ਲੱਗੀਆਂ ਫਿਰਦੀਆਂ ਨੇ, ਉਸ ਅਵਸਥਾ 'ਚ ਤਾਂ ਉਦੋਂ ਤਾਂ ਪਹਿਲਾਂ ਸਿੱਧੀਆਂ ਸਿੱਧੀਆਂ ਮਗਰ ਲੱਗ ਤੁਰਦੀਆਂ ਨੇ, ਜਿਹਨਾਂ ਨੂੰ ਪਤਾ ਕੁਛ ਨਹੀਂ, ਉਹਨਾਂ ਦੇ ਮਗਰ ਤੁਰੀਆਂ ਫਿਰਦੀਆਂ ਨੇ ਸਾਧਾਂ ਸੰਤਾਂ ਦੇ, ਜਿਹਨਾਂ ਦੇ ਪੱਲੇ ਹੀ ਕੱਖ ਨਹੀਂ ਹੈ, ਉਹਨਾਂ ਦੇ ਪਿੱਛੇ ਤੁਰੀਆਂ ਫਿਰਦੀਆਂ ਨੇ, ਤਾਂ ਗੱਲੇ ਬਹੁਤ ਵੱਡੀ ਹੈ। ਪਰ ਇਹਨਾਂ ਨੂੰ ਭੁੱਖ ਹੈ, ਉਹਨੂੰ ਭੁੱਖ ਨਹੀਂ, ਬਸ ਫਰਕ ਇੱਦਾਂ ਕਰ, ਉਹਨੂੰ ਮਾਇਆ ਦੀ ਭੁੱਖ ਹੈ ਨਹੀਂ, ਇਹਨਾਂ ਨੂੰ ਭੁੱਖ ਹੈ ਵਿਚਾਰਿਆਂ ਨੂੰ, ਉਹਦੇ ਯੋਗਾ ਦਾ ਵਾਧੂ ਹੈ, ਨਾ ਹੋਵੇ ਵਾਧੂ, ਜਿਹਨੇ ਪੈਦਾ ਕੀਤਾ ਉਹ ਆਪੇ ਦੂ ਦਵੇ ਨਾ ਦਵੇ, ਸ਼ਾਇਦ ਉਹਨੂੰ ਲੋੜ ਹੈ ਦਵਾਈ ਦੀ ਇੰਨੀ ਹੋਵੇ, ਦੋ ਦੇ ਨਹੀਂ ਚਾਹੀਦੀ ਹੋਵੇ ਜਿੰਨੀ ਉਹ ਦੇ ਰਿਹਾ। ਇਸ ਗੱਲ 'ਤੇ ਸਾਨੂੰ ਕੀ ਲੱਗਿਆ ਵੀ ਸਾਨੂੰ ਰੋਟੀ ਕਿਹੋ ਜਿਹੀ ਮਿਲਦੀ ਹੈ, ਕਿਹੋ ਜਿਹੀ ਨਹੀਂ ਮਿਲਦੀ, ਪੇਖ ਮੰਗਾਏ ਤਾਂ ਕਿਆ ਘੱਟ ਜਾਈ, ਰਾਜ ਦੇ ਤਾਂ ਕਿਆ ਵਡਾਈ। ਜਿੰਨਾ ਚਿਰ ਇੱਥੇ ਆ ਕੇ ਦਈਏ ਨੂੰ 100% ਮੰਨਦਾ ਗੱਲ ਨੂੰ, ਪੱਲੇ ਕੁਛ ਨਹੀਂ ਪੈਣਾ, ਪਾਸ ਨਹੀਂ ਹੋ ਸਕਦਾ ਗੁਰੂ ਜੀ, ਇੱਥੇ ਆ ਕੇ ਪਾਸ ਹੋਊਗਾ। ਜੇ ਇਸ ਗੱਲ ਨੂੰ ਮੰਨ ਲਿਆ ਭੇਖ ਮੰਗਾਏ ਦਾ ਕਿਆ ਘੱਟ ਜਾਈ, ਰਾਜ ਦੇ ਤਾਂ ਕਿਆ ਵਡਾਈ, ਇੱਥੇ ਆ ਕੇ ਗੱਲ ਬਣਦੀ ਹੈ ਵੱਡੀ ਹੈ। ਫਿਰ ਘੁੱਗੜ ਖੋਲ ਚਲੀ ਹੈ, ਭੇਖ ਭੁੱਗਣੀ ਵੀ ਪੈ, ਫਿਰ ਕੀ ਹੋ ਗਿਆ, ਫਿਰ ਹੋਵੇ ਪ੍ਰੀਤ ਦਾ ਲੋਕਾਂ ਨਹੀਂ, ਫਿਰ ਛੁੱਟਦੀ ਹੈ, ਐਵੇਂ ਨਹੀਂ ਛੁੱਟਦੀ। ਸਤਿਗੁਰ ਕੇ ਜਨਮੇ ਗਵਨ ਮਟਾਇਆ, ਸਤਿਗੁਰ ਕੇ ਜਨਮੇ, ਸੱਚ ਦਾ ਗਿਆਨ ਮੇਰੇ ਅੰਦਰੋਂ ਪ੍ਰਗਟ ਹੋਇਆ, ਹੁਣ ਸੱਚ ਦਾ ਗਿਆਨ ਅੰਦਰੋਂ ਪ੍ਰਗਟ ਹੋਇਆ, ਅੰਦਰੋਂ ਤੁਰਕੀ ਬਾਣੀ ਜਿਹੜੀ ਅੰਦਰੋਂ ਪ੍ਰਗਟ ਹੋਈ ਹੈ, ਤੁਰਕੀ ਬਾਣੀ ਆਈ ਕਦੋਂ ਆਉਂਦੀ ਹੈ, ਜਦੋਂ ਚਿੱਤ ਮਨ ਹੋ ਕੇ ਉੱਗਦਾ, ਇੱਕ ਹੋਏ ਤਾਂ ਉੱਗਵੈ, ਉਹ ਉੱਗਵੈ ਤੁਰਕੀ ਬਾਣੀ ਇਹਦੇ ਵਿੱਚੋਂ ਹੀ ਪ੍ਰਗਟ ਹੁੰਦੀ ਹੈ, ਔਰ ਕਿਤੋਂ ਨਹੀਂ ਪੈਦਾ ਹੁੰਦੀ। ਉਹ ਜਿਹੜਾ ਥੰਮ ਸੀ ਨਾ, ਕਹਿੰਦੇ ਪਾੜਿਆ ਵਿੱਚੋਂ ਨਰਸਿੰਘ ਦਾ ਜਨਮ ਹੋਇਆ, ਅਸਲ 'ਚ ਜਿਹੜੀ ਸੁਰਤ ਸੀ ਨਾ, ਮਨ ਮੰਦਰ ਮੈਂ ਮਨਸਾ ਥੰਮ, ਮਨ ਮੰਦਰ ਵਿੱਚ ਜਿਹੜੀ ਮਨਸਾ ਦੀ ਥੰਮੀ ਹੋਈ ਸੀ, ਉਹਦੇ ਵਿੱਚੋਂ ਹੀ ਪਾੜ ਕੇ ਸ਼ਬਦ ਪ੍ਰਗਟ ਹੋਇਆ, ਉਹਦੇ ਵਿੱਚੋਂ ਹੀ ਸੁਰਤ 'ਚੋਂ ਸ਼ਬਦ ਪ੍ਰਗਟ ਹੋਇਆ, ਸੁਰਤ ਸ਼ਬਦ, ਸੁਰਤੇ ਸ਼ਬਦ ਬਣ ਗਈ, ਸੁਰਤ ਹੀ ਸ਼ਬਦ ਰੂਪ ਧਾਰਨ ਕਰ ਗਈ, ਸੁਰਤ ਸ਼ਬਦ, ਸੁਰਤ ਹੀ ਸ਼ਬਦ ਹੋ ਗਈ। ਭਵ ਸਾਗਰ ਤਰੀਏ।
ਸੁਰਤ ਜੁੜੀ ਸ਼ਬਦ ਦਾ ਰੂਪ ਧਾਰ ਗਈ। ਤਾਰ ਹੁੰਦੀ ਹੈ, ਸੁਰਤ ਕੀ ਹੈ? ਤਾਰ, ਤਾਰ ਹੈ ਰੂਪ, ਤਾਰ ਜਦ ਖਿੱਚੀ ਜਾਂਦੀ ਹੈ ਆਵਾਜ਼ ਕਿੱਥੋਂ ਪੈਦਾ ਹੁੰਦੀ ਹੈ? ਆਵਾਜ਼ ਹੋਰ ਕਾਹਨੂੰ ਪੈਦਾ ਹੁੰਦੀ ਜਾਂ ਥੋੜੀ ਛੇੜੀ ਜਾਂਦੀ ਹੈ ਤਾਰ ਆਵਾਜ਼ ਕਿਉਂ ਪੈਦਾ ਹੁੰਦੀ ਹੈ ਉਹ ਆਵਾਜ਼ ਇਹ ਜੋ ਪੈਦਾ ਹੋਣੀ ਹੈ ਉਹਦਾ ਵਜਾਉਣ ਵਾਲਾ ਹੈ ਆਵਾਜ਼ ਨਹੀਂ ਉਹਦੀ ਦੁਨੀਆ ਦਾ ਵਜਾਈ ਵੱਜਦੀ ਹੈ ਸਾਜ ਵੱਜਦਾ ਉਹ ਵਜਾਉਣ ਵਾਲਾ ਹੈ ਵਜਾਉਂਦਾ ਉਹ ਸੁਰ ਸੁਰ ਦੇ ਵਿੱਚ ਵਜਾਉਂਦਾ ਫਿਰ ਉਹ ਇਹਦੇ ਵਿੱਚੋਂ ਹੀ ਪੈਦਾ ਹੁੰਦਾ ਗਿਆ ਸੁਰ ਤੇ ਸ਼ਬਦ ਅਵਸਰ ਦੇ ਜ਼ਰੀਏ ਸੁਰਤ ਸ਼ਬਦ ਇੱਕ ਰੂਪ ਹੋ ਗਏ ਤਾਰ ਔਰ ਆਵਾਜ਼ ਨੂੰ ਤੁਸੀਂ ਅੱਡ ਅੱਡ ਦੇਖੋਗੇ ਕਿ ਤਾਰ ਔਰ ਆਵਾਜ਼ ਅੱਡ ਅੱਡ ਹੈ ਤਾਰ ਨੂੰ ਛੇੜਦੇ ਨਹੀਂ ਆਵਾਜ਼ ਪੈਦਾ ਨਹੀਂ ਹੁੰਦੀ ਲਾਇਆ ਰਹਾ ਲਿਵ ਤਾਰ ਲਿਵ ਕੀ ਹੈ ਤਾਰ ਹੈ ਜਿੰਨਾ ਚਿਰ ਲੈ ਮਾਇਆ ਨਾਲ ਜੁੜੀ ਹੋਈ ਸੀ ਮਾਇਆ ਦਾ ਰਾਗ ਅਲਾਪ ਨਹੀਂ ਸੀ ਝੂਠ ਦਾ ਰਾਗ ਅਲਾਪ ਨਹੀਂ ਸੀ ਜਾਂ ਦੂਏ ਪਾਸੇ ਜੋੜਤੀ ਫਿਰ ਸੱਚ ਦਾ ਆਪਣਾ ਕਿ ਤਾਰ ਨੇ ਤਾਂ ਰਾਗ ਹੀ ਵਜਾਉਣਾ ਪਰ ਇਹ ਰਾਗ ਸੀ ਉਹ ਬੈਰਾਗ ਹੈ ਉੱਥੋਂ ਬੈਰਾਗ ਪੈਦਾ ਹੋਇਆ ਇਹ ਸੰਸਾਰੀ ਰਾਗ ਤੋਂ ਵਿਰੋਧੀ ਰਾਗ ਉਲਟ ਰਾਗ ਸੰਸਾਰੀ ਰਾਗ ਤੋਂ ਉਲਟ ਰਾਗ ਭਗਤਾਂ ਦੇ ਸੰਸਾਰੀਆਂ ਇਹ ਤੋਂ ਵਿਰੋਧੀ ਰਾਗ ਪੈਦਾ ਹੋਇਆ ਉਹ ਨਿਰਾਕਾਰੀ ਗੱਲ ਹੈ ਇੱਥੇ ਸੰਸਾਰੀ ਗੱਲ ਹੈ ਇੱਥੇ ਬਾਹਰਲੇ ਸਰੀਰ ਦੀ ਗੱਲ ਹੈ ਚੱਲਦੀ ਉੱਥੇ ਨਿਰਾਕਾਰੀ ਸਰੀਰ ਦੀ ਗੱਲ ਚੱਲਦੀ ਹੈ ਸਤਿਗੁਰ ਕੇ ਜਨਮੇ ਗਵਨ ਮਟਾਇਆ ਬਸ ਗਵਨ ਮਟਾਇਆ ਹੁਣ ਮਾਇਆ ਦੇ ਵਿੱਚ ਜਾਣ ਦੀ ਲੋੜ ਨਹੀਂ ਰਹੀ ਮਾਇਆ 'ਚ ਕਿਤੇ ਨਹੀਂ ਜਾਂਦਾ ਧਿਆਨ ਕਿਉਂਕਿ ਅੰਦਰੇ ਸਭ ਕੁਛ ਹੈ ਘਰੇ ਸਭ ਕੁਛ ਹੈ ਸਤਿਗੁਰ ਦਾ ਜਨਮ ਹੋ ਗਿਆ ਸ਼ਬਦ ਸੁਰਤ ਇੱਕ ਹੋ ਗਏ ਹੁਕਮ ਬੁੱਝ ਲਿਆ ਅਤੇ ਹੁਕਮ ਨਾਲ ਸਾਰੀ ਗੱਡੀ ਚੱਲਦੀ ਹੈ ਸੰਤੋਖ ਹੈਗਾ ਸਤ ਸੰਤੋਖ ਸੰਜਮ ਹੈ ਨਾਲ ਮੁਕਤ ਪਦਾਰਥ ਮਿਲਿਆ ਹੋਇਆ ਅਤੇ ਫਿਰ ਲੋੜ ਕਿਹੜੀ ਚੀਜ਼ ਦੀ ਰਹੇਗੀ ਬਾਹਰੋਂ ਤਾਂ ਮੁਕਤੀ ਉਹ ਲੈਣੀ ਸੀ ਲੈ ਲਈ ਨਾਲੇ ਕਹਿੰਦਾ ਮਾਇਆ 'ਚ ਫਸਿਆ ਹੋਇਆ ਪਰ ਮਾਇਆ ਮੈਂ ਫਸ ਰਹੇ ਹੋ ਨਿਕਸ ਨਾ ਹੀ ਲੰਬੀ ਅਤੇ ਜਾਂ ਨਿਕਲ ਗਿਆ ਫਿਰ ਵਾਰ ਨੂੰ ਦੁਬਾਰਾ ਫਸਣਾ ਉਹ ਦਲਦਲ ਦੇ ਵਿੱਚੋਂ ਨਿਕਲ ਕੇ ਮਸਾਂ ਬਾਹਰ ਆਇਆ ਫਿਰ ਦਲਦਲ 'ਚ ਕਾਸ ਨੂੰ ਜਾਣਾ ਬਈ ਉਹ ਜਾਂਦਾ ਹੁੰਦਾ ਫਿਰ ਜਿੱਥੋਂ ਟਰੈਕਟਰ ਕੱਢਿਆ ਹੋਵੇ ਬਸ ਹਾਂ ਫਿਰ ਫਿਰ ਉੱਥੇ ਵਾੜੀ ਦਾ ਹੁੰਦਾ ਜਾ ਕੇ ਸਿੱਧੀ ਦਾ ਉੱਥੋਂ ਤਾਂ ਵਜੀਦਾ ਬਸ ਆ ਉੱਥੋਂ ਬਾਹਰ ਨਿਕਲਿਆ ਉੱਧਰੋਂ ਕੀ ਕਰਨ ਜਾਣਾ ਅਨਹਦ ਰਾਤੇ ਇਹ ਮਨ ਲਾਇਆ ਅਨਹਦ ਰਾਤੇ ਇਹ ਮਨ ਲਾਇਆ ਮਨ ਕਿੱਥੇ ਲਾਇਆ ਅਨਹਦ ਨਾਦ ਨਾਲ ਲਾ ਲਿਆ ਅਨਹਦ ਨਾਦ ਇਹ ਹੈ ਉਹ ਐਸਾ ਨਾਦ ਹੈ ਜਿਹੜਾ ਸਰਵ ਵਿਆਪੀ ਹੈ ਤੇਜ ਵੀ ਤੇਰੇ ਅੰਦਰ ਵੱਜਦਾ ਉਹ ਐਸਾ ਹੁਕਮ ਹੈ ਨਾਦ ਹੈ ਜਿਹਦੇ ਨਾਲ ਸਾਰੇ ਸ੍ਰਿਸ਼ਟੀ ਚੱਲ ਰਹੀ ਹੈ ਜਿਹਦੇ ਨਾਲ ਜਿਹਦੀ ਪੈ ਦੇ ਵਿੱਚ ਪਵਣ ਬਹੇ ਸਦ ਬਹੋ ਪੈ ਵਿੱਚ ਚੱਲਣਾ ਲੱਖ ਦਰਿਆਓ ਪੈ ਵਿੱਚ ਅਗਨ ਕੱਢੇ ਬੇਗਾਰ ਪੈ ਵਿੱਚ ਧਰਤੀ ਦੱਬੀ ਪਾਰ ਉਹ ਜਿਹੜਾ ਪੈ ਹੁਕਮ ਦਾ ਉਸ ਹੁਕਮ ਨੂੰ ਮਨ ਜੋੜਿਆ ਉਹ ਸਰਬ ਵਿਆਪੀ ਹੈ ਹੁਕਮ ਉਹ ਆਵਾਜ਼ ਸਰਬ ਵਿਆਪੀ ਹੈ ਸ਼ਬਦ ਕੰਨਾਂ ਨਾਲ ਨਹੀਂ ਪਰ ਸੁਣਦਾ ਕੰਨਾਂ ਨਾਲ ਨਹੀਂ ਸੁਣਦਾ ਹੈਗਾ ਕਰੰਟ ਪਾਣੀ ਦੇ ਵਿੱਚ ਜੇ ਹੋਵੇ ਤਾਂ ਦੀਦਾ ਨਹੀਂ ਹੈ ਦੇਖਣ ਨੂੰ ਵੀ ਪਾਣੀ 'ਚ ਕਰੰਟ ਹੈ ਵਿੱਚ ਵੜੇ ਤਾਂ ਪਤਾ ਲੱਗਦਾ ਹੱਥ ਪਾਏ 'ਤੇ
ਪਾਣੀ 'ਚ ਜੇ ਕਰੰਟ ਆ ਜਾਵੇ ਪਤਾ ਨਹੀਂ ਲੱਗਦਾ, ਬਸ ਫਿਰ ਬਾਹਰ ਦੀਦਾ ਨਹੀਂ ਹੈ ਉਹ ਹੁਕਮ ਹੈਗਾ ਬਾਹਰ ਸਾਰੇ ਸਰਵ ਵਿਆਪੀ। ਅੱਖਾਂ ਨੂੰ ਨਹੀਂ ਦੀਦਾ ਹੁੰਦਾ, ਅੱਖਾਂ ਨੂੰ ਦੇਖਣ ਵਾਲੀ ਚੀਜ਼ ਨਹੀਂ, ਬੁੱਧੀ ਇੱਕ ਅੱਖ ਹੈ ਵਿਵੇਕ ਬੁੱਧੀ ਉਹਦੇ ਨਾਲ ਸਮਝ ਆਉਂਦੀ ਹੈ ਉਹਦੀ, ਆ ਉਹ ਵੀ ਅੰਦਰੋਂ ਦੀ ਦੀਦਾ ਬਾਹਰੋਂ ਨਹੀਂ ਦੀਦਾ। ਹਾਂ ਬਾਹਰ ਤਾਂ ਉਹਦਾ ਪ੍ਰੈਕਟੀਕਲ ਰੂਪ ਦੀਦਾ ਬਾਹਰ ਜੋ ਹੋ ਰਿਹਾ ਵਰਤ ਰਿਹਾ, ਜੋ ਬੋਲ ਰਿਹਾ ਅੰਦਰੋਂ ਸੁਣ ਰਿਹਾ, ਜੋ ਵਰਤ ਰਿਹਾ ਬਾਹਰੋਂ ਦੇਖ ਰਿਹਾ, ਪ੍ਰੈਕਟੀਕਲ ਬਾਹਰ ਹੋ ਰਿਹਾ, ਆਵਾਜ਼ ਅੰਦਰ ਦੀ ਆ ਰਹੀ ਹੈ, ਆਵਾਜ਼ ਅੰਦਰੋਂ ਸੁਣੀ ਹੈ, ਪ੍ਰੈਕਟੀਕਲ ਬਾਹਰ ਅੱਖਾਂ ਨੂੰ, ਅੱਖਾਂ ਦਾ ਬਾਹਰ ਹੈ ਦੇਖਣ। ਹਾਂ ਜੋ ਦਿਸਾ ਸੋ ਤੇਰਾ, ਆ ਜੋ ਦਿਸਦਾ ਹੈ ਇਹ ਉਹ ਹੁਕਮ ਦਾ ਰੂਪ ਹੈ, ਇਹ ਹੁਕਮ ਨੂੰ ਕਿਹਾ ਹੋਇਆ ਜੋ ਦਿਸਾ ਉਹ ਹੁਕਮ ਦਾ ਹੀ ਰੂਪ ਹੈ, ਇਹ ਬਾਹਰ ਬਾਹਰ ਹੁਕਮ ਵਰਤ ਰਿਹਾ, ਜੋ ਵਰਤੇ ਸੋ ਤੇਰਾ ਭਾਣਾ, ਮੇਰੇ ਅੰਦਰ ਭਾਣਾ ਪ੍ਰਗਟ ਹੈ ਤੇਰਾ, ਮੇਰੇ ਅੰਦਰ ਹੁਕਮ ਪ੍ਰਗਟ ਹੈ, ਉਹ ਸ਼ਬਦ ਪ੍ਰਗਟ ਹੈ, ਬਾਹਰ ਵਰਤ ਰਿਹਾ ਉਹੀ ਵਰਤ ਰਿਹਾ ਬਾਹਰ। ਹਾਂਜੀ ਸਤਿਗੁਰ ਕੇ ਜਨਮੇ ਗਵਨ ਮਿਟਾਇਆ ਅਨਹਦ ਰਾਤੇ ਇਹ ਮਨ ਲਾਇਆ, ਅਨਹਦ ਰਾਤੇ ਇਹ ਮਨ ਲਾਇਆ, ਮਨਸਾ ਆਸਾ ਉਸ ਅਨਹਦ ਸ਼ਬਦ ਨਾਲ ਨਾਦ ਨਾਲ ਮਨ ਜੁੜ ਗਿਆ, ਬਸ ਉਹਦੇ ਨਾਲ ਜੁੜਿਆ ਹੋਇਆ, ਉਹਦੇ ਨਾਲ ਜੁੜਿਆ ਸਾਡੀ ਸੰਸਾਰ ਨਾਲ ਵੀ ਜੁੜਿਆ ਹੋਇਆ, ਸੱਚ ਸਾਰਿਆਂ ਨਾਲ ਸਾਰੀ ਜਗ੍ਹਾ ਜੁੜਿਆ ਹੋਇਆ, ਉਹ ਜੋ ਉੱਥੋਂ ਹੋ ਰਿਹਾ ਉਹੀ ਤਾਂ ਵਰਤ ਰਿਹਾ, ਉਹ ਜਿਹੜਾ ਕੋਰਟ 'ਚ ਖੜ੍ਹਾ ਉੱਥੋਂ ਕੋਰਟ ਦੇ ਵਿੱਚੋਂ ਕੋਈ ਹੁਕਮ ਹੋਇਆ ਵੀ ਫਲਾਣੇ ਨੂੰ ਵਰੀ ਕਰਤਾ ਜਾਂ ਜ਼ਮਾਨਤ ਦੇਤੀ ਜਾਂ ਸਜ਼ਾ ਕਰਤੀ, ਉਹ ਜਿਹੜੇ 'ਚ ਤਾਂ ਪਿੱਛੋਂ ਪਤਾ ਲੱਗਣਾ, ਪਹਿਲਾਂ ਤਾਂ ਕੋਰਟ ਵਾਲਿਆਂ ਨੂੰ ਪਤਾ ਲੱਗ ਗਿਆ ਵੀ ਆਹ ਹੋ ਗਿਆ ਹੁਕਮ, ਉਹਦਾ ਕੋਰਟ 'ਚ ਖੜ੍ਹਾ ਉਹ ਦਰਗਾਹ ਗਿਆ ਬਾਤਾਂ ਨਾਨਕਾ ਅਸਲਾਂ ਵੇ, ਉਹ ਆਹ ਜਿਹੜੇ 'ਚ ਤਾਂ ਪਿੱਛੋਂ ਆਉਂਦਾ ਹੁਕਮ ਪਹਿਲਾਂ ਤਾਂ ਉੱਥੇ ਆਉਂਦਾ, ਉਹਨਾਂ ਨੂੰ ਤਾਂ ਪਤਾ ਹੀ ਹੈ ਵੀ ਆਹ ਹੁਕਮ ਹੋ ਗਿਆ, ਇਹ ਹੋ ਜਾਣਾ ਹੁਣ ਗਾਹਾਂ ਵਰਤ ਹੋ ਜਾਣਾ, ਜੇ ਜ਼ਮਾਨਤ ਹੋ ਗਈ ਬੰਦੇ ਨੇ ਛੁੱਟ ਜਾਣਾ, ਘੰਟਾ ਪਹਿਲਾਂ ਛੁੱਟ ਗਿਆ ਘੰਟਾ ਬਾਅਦ ਛੁੱਟ ਗਿਆ, ਛੁੱਟਤਾ ਗਿਆ ਨਾ ਫਿਰ ਉਹ ਉਸੇ ਦਾ ਰੂਪ ਹੈ ਹੁਕਮ ਦਾ ਦਲੇ ਦਾ ਜਿਹੜਾ ਬਾਹਰ ਹੋਇਆ, ਜਿਹੜਾ ਬਾਹਰ ਵਰਤਿਆ ਉਹਦਾ ਰੂਪ ਹੀ ਵਰਤਿਆ ਬਾਹਰ, ਉਹ ਤਾਂ ਅੰਦਰ ਰਿਹਾ ਨੂੰ ਤਾਂ ਪਤਾ ਹੀ ਹੈ ਸਾਰਾ। ਮਨਸਾ ਆਸਾ ਸ਼ਬਦ ਜਲਾਈ ਗੁਰਮੁਖੀ ਜੋਤ ਨਿਰੰਤਰ ਪਾਈ, ਮਨਸਾ ਆਸਾ ਸੀ ਉਹ ਤਾਂ ਪਹਿਲਾਂ ਹੀ ਜਲ ਗਈ ਸੀ, ਆ ਉਪਦੇਸ਼ ਨਾਲ ਜਲ ਗਈ ਸੀ, ਉਸ ਸ਼ਬਦ ਨੇ ਨਹੀਂ ਜਲਾਈ, ਉਸ ਸ਼ਬਦ ਨੇ ਨਹੀਂ ਜਲਾਈ, ਉਹਨੂੰ ਸ਼ਬਦ ਨਹੀਂ ਕਿਹਾ ਆ, ਉਹਨੂੰ ਆਨੰਦ ਰਾਤੇ ਆਨੰਦ ਸ਼ਬਦ ਕਿਹਾ, ਉਹਨੂੰ ਰਾਤ ਕਿਹਾ, ਉਹਨੂੰ ਆਨੰਦ ਰਾਤੇ ਇਹ ਮਨ ਲਾਇਆ, ਉਹ ਆਨੰਦ ਨਾਲ ਹੈ ਮਨ ਉਹਦੇ ਨਾਲ ਲੱਗਿਆ ਹੋਇਆ, ਆਸਾ ਮਨਸਾ ਤਾਂ ਉਦੋਂ ਪਹਿਲਾਂ ਇਹ ਉਪਦੇਸ਼ ਨੇ ਸ਼ਬਦ ਨੇ ਖਾ ਲਈ ਸੀ, ਆਸਾ ਮਨਸਾ ਖਾਧੇ ਤੋਂ ਬਾਅਦ ਤਾਂ ਉਹ ਹੋਇਆ ਅਵਸਥਾ ਆਈ, ਇਹ ਤਾਂ ਪਹਿਲੀ ਅਵਸਥਾ ਹੈ, ਇਹ ਤਾਂ ਸ਼ਬਦ ਜੋ ਉਪਦੇਸ਼ ਸੁਣਿਆ ਸੀ, ਉਪਦੇਸ਼ ਪੜ੍ਹਿਆ ਸੀ, ਉਪਦੇਸ਼ ਲਿਆ ਸੀ, ਗੁਰਬਾਣੀ ਸਮਝੀ ਸੀ, ਮੰਨੀ ਸੀ, ਇਹ ਤਾਂ ਉਦੋਂ ਹੀ ਖਾਲੀ ਸੀ, ਉਹਨੂੰ ਹੀ ਖਾਲੀ ਸੀ ਆਸਾ ਮਨਸਾ ਤਾਂ, ਅਸਲ ਜੋਗੀਆਂ ਕੋਲ ਉਹ ਬਾਣੀ ਵੀ ਨਹੀਂ ਹੈ, ਉਪਦੇਸ਼ ਵੀ ਨਹੀਂ ਹੈ, ਗਿਆਨ ਵੀ ਨਹੀਂ ਹੈ, ਗਿਆਨ 'ਤੇ ਬੰਦਾ ਮੰਨ ਰਿਹਾ, ਗਿਆਨ 'ਤੇ ਬਿਨਾਂ ਮੰਨ ਰਿਹਾ ਟਿਕੇ ਕਿਉਂ, ਯੋਗੀਆਂ ਕੋਲ ਗਿਆਨ ਨਹੀਂ ਹੈ, ਉਹ ਕਹਿੰਦੇ ਨੇ ਧਿਆਨ 'ਚੋਂ ਗਿਆਨ ਪੈਦਾ ਹੋਊਗਾ, ਯੋਗੀ ਧਿਆਨ ਪਹਿਲਾਂ ਗਿਆਨ ਬਾਅਦ 'ਚ, ਇਹ ਗੱਲ ਗਲਤ ਹੈ, ਨਾਨਕ ਦੀ ਥਿਊਰੀ ਹੈ, ਗੁਰਮਤ ਦੀ ਥਿਊਰੀ ਹੈ, ਭਗਤਾਂ ਦੀ ਥਿਊਰੀ ਹੈ, ਗਿਆਨ ਧਿਆਨ, ਗਿਆਨ ਹੈ ਤਾਂ ਧਿਆਨ ਹੈ, ਗਿਆਨ ਨਹੀਂ ਤਾਂ ਧਿਆਨ ਨਹੀਂ, ਜਿਹਦਾ ਸਾਨੂੰ ਗਿਆਨ ਨਹੀਂ ਚੀਜ਼ ਦਾ ਉੱਥੇ ਸਾਡਾ ਧਿਆਨ ਨਹੀਂ ਪਹੁੰਚ ਸਕਦਾ, ਜੇ ਪਰਮੇਸ਼ਰ ਦਾ ਸਾਨੂੰ ਗਿਆਨ ਨਹੀਂ ਪਰਮੇਸ਼ਰ ਨਾਲ ਕਦੇ ਤੁਸੀਂ ਜੁੜੇ ਨਹੀਂ ਸਕਦੇ, ਗਿਆਨ ਨਹੀਂ ਜੁੜਨਾ ਕਿਹਦੇ ਨਾਲ, ਖਬਰਾਂ ਕਿੱਥੇ ਜੁੜਨ ਜਾ ਕੇ, ਜਿਹੜੀ ਚੀਜ਼ ਦਾ ਤੁਹਾਨੂੰ ਗਿਆਨ ਨਹੀਂ ਤੁਹਾਨੂੰ ਉੱਥੇ ਭੇਜ ਦਿੰਦੇ ਜਾ ਕੇ ਫਲਾਣੀ ਬੂਟੀ ਲੈ ਕੇ ਆਓ, ਤੁਹਾਨੂੰ ਗਿਆਨ ਨਹੀਂ ਕਿਹੜੀ ਬੂਟੀ ਲਿਆਉਂਗੇ ਵੱਟ ਕੇ, ਗਿਆਨ ਤੇ ਬਿਨਾਂ ਧਿਆਨ ਨਹੀਂ ਹੋ ਸਕਦਾ, ਅਤੇ ਯੋਗੀਆਂ ਨੇ ਗਲਤੀ ਕੀ ਕੀਤੀ ਹੈ,
ਗਿਆਨ ਪਹਿਲਾਂ ਸ਼ੁਰੂ ਕਰਤਾ, ਗਿਆਨ ਹੈ ਨਹੀਂ, ਇਹ ਸਾਰੀ ਦੁਨੀਆ ਹੀ ਕਰ ਰਹੀ ਹੈ। ਜਿਹਦੀ ਵਾਲਾ ਫੇਰਦੇ ਨੇ ਉਹਦਾ ਗਿਆਨ ਹੈ ਨਹੀਂ ਕਿਸੇ ਨੂੰ। ਗੁਰਬਾਣੀ ਕਹਿੰਦੀ ਹੈ ਜਿਹਦੀ ਵਾਲਾ ਫੇਰਦੇ ਉਹਦਾ ਪਹਿਲਾਂ ਗਿਆਨ ਹਾਸਲ ਕਰੋ। ਜਦ ਗਿਆਨ ਉਹਦਾ ਹਾਸਲ ਹੋ ਗਿਆ ਤੇ ਉਹਨੂੰ ਜਾਣ ਲਿਆ, ਕਹੋ ਕਬੀਰ ਅਬ ਜਾਣਿਆ, ਅਬ ਜਾਣਿਆ ਤਾਂ ਮਨ ਮੰਨਿਆ, ਮਾਨਿਆ ਨਾ ਤਾਂ ਕਿਵੇਂ ਮੰਨੇ, ਜਾਣਿਆ ਤਾਂ ਕੁਛ ਹੈ ਹੀ ਨਹੀਂ। ਬਾਲਾ ਮੂਰਖਾਂ ਦਾ ਕੰਮ ਹੈ ਫੇਰਨਾ। ਬਾਲਾ ਇੰਨਾ ਚਿਰ ਕਬੀਰ ਨੇ ਫੇਰ ਕੇ ਕੀ ਕਿਹਾ, ਕੀ ਕਿਹਾ, ਸਗਲ ਜਨਮ ਸ਼ਿਵਪੁਰੀ ਗਵਾਇਆ, ਸਾਰਾ ਜਨਮ ਸ਼ਿਵਪੁਰੀ ਚ ਗਵਾ ਲਿਆ ਮੈਂ ਬਾਲਾ ਫੇਰ ਫੇਰ ਕੇ। ਵਰਤੀ ਬੇਰ ਮਗ ਹਰ ਉੱਠ ਆਇਆ, ਜਾਂ ਮਰਨ ਦਾ ਵੇਲਾ ਆਇਆ, ਜਾਂ ਮੇਰਾ ਵੀ ਸਰੀਰ ਦੇ ਮਰਨ ਦਾ ਵੇਲਾ ਆਇਆ, 70 ਸਾਲ ਤੋਂ ਟੱਪ ਗਿਆ ਮੈਂ, ਮਗਰ ਆ ਗਿਆ, ਚੰਗੀ ਕਿਸਮਤ ਸੀ, ਮਗਰ ਉਠਾਇਆ। ਪਰ ਪਹਿਲੇ ਦਰਸ਼ਨ ਮਗਰ ਪਾਇਓ, ਦਰਸ਼ਨ ਮਗਰ ਚ ਹੋਇਆ, ਸਮਝ ਮਗਰ ਚ ਆਈ ਹੈ, ਤੇ ਬਾਲਾ ਕਾਸ਼ੀਸ਼ ਫੇਰੀ ਹੈ, ਦਰਸ਼ਨ ਮਗਰ ਹੋਇਆ, ਗੱਲ ਕੀ ਹੈ ਫਿਰ। ਇਸ ਕਰਕੇ ਜੋ ਗ੍ਰੰਥ ਸਾਰਾ ਵਿੱਚ ਲਿਖਿਆ ਹੈ ਨਾ, ਕਾਸ਼ੀ ਬੈਠ ਕੇ ਬਾਲਾ ਫੇਰ ਕੇ, ਉਹ ਸਾਰਾ ਹੀ ਰੱਦ ਹੋ ਗਿਆ ਫਿਰ ਬਾਅਦ ਚ। ਗੁਰਬਾਣੀ ਸਾਰੇ ਉਹਦੇ ਖਿਲਾਫ ਹੈ, ਉਹਦੇ ਚੋਂ ਇੱਕ ਪੰਕਤੀ ਨਹੀਂ ਇਹਦੇ ਵਿੱਚ ਗੁਰਬਾਣੀ 'ਚ ਆਈ ਹੋਈ, ਜਿਹੜਾ ਪਹਿਲਾ ਗ੍ਰੰਥ, ਉਹ ਕਾਹਦੇ ਨਹੀਂ ਲਿਆ ਬਈ, ਉਹ ਵੀ ਬਾਣੀ ਕਬੀਰ ਦੀ ਹੈ, ਉਹ ਕਾਹਦੇ ਛੱਡਤਾ, ਇਹ ਕਾਹਦੇ ਲੈ ਲਿਆ ਇਹਨਾਂ। ਉਹ ਜਿਹੜੇ ਲੋਕ ਮਿਕਸ ਕਰਕੇ ਪੜ੍ਹਦੇ ਨੇ ਉਹਨਾਂ ਨੂੰ ਇਸ ਗੱਲ ਦਾ ਕੀ ਸਮਝ ਹੈ ਵੀ ਮਗਰ ਨਾਲ ਕਾਸ਼ੀ ਦੇ ਵਿੱਚ ਕੀ ਫਰਕ ਹੈ, ਨਾ ਸਿੱਖਾਂ ਨੂੰ ਪਤਾ। ਜੋ ਗਿਆਨ ਹੋਏ ਤੇ ਬਾਅਦ ਮਗਰ ਚੋਂ ਆ ਕੇ ਰਚੀ ਹੈ ਬਾਣੀ, ਉਸੇ ਦਾ ਇੱਕ ਸ਼ਬਦ ਉਹਦਾ ਹੀ ਉਹਨੇ ਜਿਹੜਾ ਇਹਦਾ ਸਵਾਮੀ ਹੈਗਾ ਆਪਣਾ ਰਾਮਾਨੰਦ, ਉਹਨੇ ਕਬੀਰ ਤੋਂ ਸਮਝ ਕੇ ਇੱਕ ਸ਼ਬਦ ਰਚਿਆ, ਫਿਰ ਕਬੀਰ ਤੋਂ ਸਮਝਿਆ ਵੀ ਗੱਲ ਕੀ ਹੈ, ਕਬੀਰ ਤੋਂ ਸਿੱਖਿਆ ਲਈ ਹੈ ਉਹਨੇ, ਤਾਂ ਇੱਕ ਸ਼ਬਦ ਉਹਦਾ ਗੁਰਬਾਣੀ 'ਚ। ਉਹ ਸਾਰੀ ਉਹ ਕੱਚੀ ਬਾਣੀ ਹੈ ਕਬੀਰ ਦੀ, ਜਿੱਥੇ ਗੁਰੂ ਗੋਬਿੰਦ ਦਉ ਖਰੇ ਕਾਕੇ ਲਾਗੂ ਪਾਏ, ਬਲਿਹਾਰੀ ਗੁਰ ਆਪਣੇ ਗੋਬਿੰਦ ਦੀਆਂ ਬੁਲਾਏ। ਹੁਣ ਗੁਰ ਨੂੰ ਗੋਬਿੰਦ ਨੂੰ ਵੱਡਾ ਕਰਤਾ, ਪਰਮੇਸ਼ਰ ਨੂੰ ਵੱਡਾ ਕਰਤਾ, ਆਦਮੀ ਨੂੰ ਪਰਮੇਸ਼ਰ ਨੂੰ ਵੱਡਾ ਕਰਤਾ। ਕਬੀਰ ਕਹਿ ਲਿਆ ਬਲਿਹਾਰੀ ਗੁਰ ਆਪਣੇ, ਪਹਿਲਾਂ ਤਾਂ ਕਹਿ ਲਿਆ ਗੁਰੂ ਗੋਬਿੰਦ ਦਉ ਖੜੇ, ਗੋਬਿੰਦ ਪਰਮੇਸ਼ਰ ਆ ਗਿਆ, ਗੁਰੂ ਵੀ ਆ ਗਿਆ ਮੇਰਾ ਪਰਮੇਸ਼ਰ ਨੂੰ ਬੁਲਾਉਣ, ਕਿ ਬਾਹਰ ਮੰਨਦਾ ਨਾ ਉਦੋਂ ਪਰਮੇਸ਼ਰ ਨੂੰ, ਬਾਹਰੋਂ ਦਰਸ਼ਨ ਦੀ ਗੱਲ ਕਰਦਾ ਨਾ, ਵੀ ਫਰਜ਼ ਕੀਤਾ ਜੇ ਇੱਦਾਂ ਹੋ ਜਾਵੇ ਕਿਸੇ ਵੇਲੇ ਮੇਰੇ ਨਾਲ, ਮੇਰਾ ਗੁਰੂ ਪਰਮੇਸ਼ਰ ਨੂੰ ਲੈ ਕੇ ਆ ਜਾਵੇ ਮੈਨੂੰ ਬੁਲਾਉਣ। ਕਥਾ ਕਹਾਣੀਆਂ ਇਹੋ ਜਿਹੀਆਂ ਸੁਣੀਆਂ ਹੋਈਆਂ ਨੇ ਵਿਚਾਰੇ ਦੀ, ਉਹੀ ਗੱਲ ਕਰਨੀ ਹੈ ਜੋ ਸੁਣਿਆ ਹੋਇਆ। ਕਾਗੇ ਲਾਗੂ ਪਾਏ, ਪਹਿਲਾਂ ਮੈਂ ਕਿਹਦੇ ਪੈਰ ਛੂ, ਜੇ ਗੁਰੂ ਦੇ ਛੂ ਹੋਏ ਪਹਿਲਾਂ ਪੈਰ, ਪਰਮੇਸ਼ਰ ਗੁੱਸੇ ਹੋਜੂ ਵੀ ਬੜਾ ਮੈਂ ਹਾਂ, ਜੇ ਪਰਮੇਸ਼ਰ ਦੇ ਗੋਬਿੰਦ ਦੇ ਪੈਰ ਛੂ ਨੇ ਗੁਰੂ ਕਹੂ ਲੈ, ਹੁਣ ਮੈਨੂੰ ਪੁੱਛਦਾ ਹੀ ਨਹੀਂ, ਇਹ ਤਾਂ ਫੈਸਲਾ ਆਪ ਲਿਖਦਾ। ਜੈ ਜੀ ਬੁੱਧੀ ਦੀ ਉਹੀ ਗੱਲ ਲਿਖਤੀ, ਬੁੱਧੀ ਥੋੜ੍ਹੀ ਸੀ ਉਦੋਂ, ਕਬੀਰ ਕੋਲ ਬੁੱਧੀ ਅਧੂਰੀ ਸੀ ਉਦੋਂ, ਇਹਨਾਂ ਵਾਲੀ ਵਿਦਵਾਨਾਂ ਵਾਲੀ ਬੁੱਧੀ ਸੀ, ਜਿਹੜੇ ਸੂਰਦਾਸ ਵਗੈਰਾ ਵਾਲੇ, ਸੂਰਦਾਸ ਦੀ ਬਾਅਦ 'ਚ ਬੁੱਧੀ ਆ ਕੇ ਡਿਵੈਲਪ ਹੋ ਗਈ, ਜਿਹੜੇ ਹੋਰ ਥੱਲੇ ਵਾਲੇ ਨੇ ਆਪਣੇ ਰਹੀਮ ਰਹੂਬ ਵਗੈਰਾ, ਅਲਬਚਾਲੇ ਦੇ ਗਿਰਧਰ ਕਵੀ ਰਾਏ ਹੋਇਆ, ਜਿਹੜੀ ਕਿ ਵੀਰਾਂ ਬਾਈ ਹੋਈ, ਇਹ ਜੀ ਅਕਲ ਸੀਗੀ ਕਵੀਆਂ ਵਾਲੀ ਬੁੱਧੀ। ਕਵੀ ਵੀ ਨਹੀਂ, ਕਵੀ ਵੀ ਉੱਤੇ ਦਰਜੇ ਦੇ ਕਵੀ ਨੇ, ਕਵੀਆਂ ਦੇ ਵਿੱਚ ਵੀ ਕਈ ਡਿਗਰੀਆਂ ਨੇ। ਫਿਰ ਉਹ ਕਹਿੰਦਾ ਫੈਸਲਾ ਇਹ ਕਰ ਲੈ, ਬਲਿਹਾਰੀ ਗੁਰ ਆਪਣੇ ਗੋਬਿੰਦ ਦੀਆਂ ਬੁਲਾਏ। ਮੈਂ ਆਪਣੇ ਗੁਰਦੇਵ ਨੂੰ ਨਮਸਕਾਰ ਪਹਿਲਾਂ ਕਰਾਂ, ਜਿਹਨੇ ਗੋਬਿੰਦ ਬੁਲਾਇਆ, ਫਿਰ ਕੀ ਕਹਿ ਰਿਹਾ, ਇੱਕ ਹੋਰ ਦੋ ਸਿਰਫ ਉਹਦੇ ਦੋਹਰਾ। ਕਬੀਰਾ ਤੇਰਾ ਰੰਦ ਹੈ, ਕਬੀਰਾ ਤੇਰਾ ਰੰਦ ਹੈ, ਉਹ ਕਹਿੰਦਾ ਆਦਮੀ ਉਹਨੇ ਜੋ ਗੁਰੂ ਕੋ ਸਮਝੇ, ਔਰ ਹਰ ਰੂਠੇ ਗੁਰੂ ਠੌਰਦੇ, ਗੁਰੂ ਰੂਠੇ ਨਹੀਂ ਠੌਰ। ਇਸ ਗੱਲ ਨੂੰ ਆਪਣੀ ਨੂੰ ਵਜ਼ਨਦਾਰ ਕਰਨ ਵਾਸਤੇ ਆਦਲੀਲ ਦਿੰਦਾ ਕਬੀਰ।
ਬੇਵਕੂਫ ਨੇ ਲੋਕ ਜਿਹੜੇ ਗੁਰੂ ਨੂੰ ਗੋਬਿੰਦ ਨੂੰ ਘਟੀਆ ਸਮਝਦੇ ਨੇ। ਕਿਉਂਕਿ ਜੇ ਗੋਬਿੰਦ ਰੁੱਸ ਜਾਵੇ ਗੁਰੂ ਲੜ ਲਾ ਲੂਗਾ, ਪਰ ਜੇ ਗੁਰੂ ਰੁੱਸ ਗਿਆ ਗੋਬਿੰਦ ਨੇ ਲੜ ਹੀ ਲਾਉਣਾ, ਠਿਕਾਣਾ ਹੀ ਨਹੀਂ ਕੋਈ। ਹਰ ਉੱਠੇ ਹਰ ਉੱਠ ਜਾਵੇ ਗੁਰੂ ਠਹਿਰਦੇ, ਗੁਰੂ ਉੱਠੇ ਨਹੀਂ ਠਹਿਰ, ਜੇ ਗੁਰੂ ਉੱਠ ਜਾਵੇ ਠਹਿਰੇ ਕੋਈ ਨਹੀਂ। ਕਰਤਾ ਨਾ ਦਲੀਲ ਦੇ ਕੇ ਵੱਡਾ, ਉਦੋਂ ਤੱਕ ਕਬੀਰ ਬੇਅਕਲ ਹੈ, ਬੇਅਕਲ ਹੈ ਕਬੀਰ ਉਦੋਂ ਤੱਕ ਗੁਰਬਾਣੀ ਦੀ ਦ੍ਰਿਸ਼ਟੀਕੋਣ ਤੋਂ ਬੇਅਕਲ ਹੈ, ਤਾਂ ਬਾਣੀ ਰੱਦ ਕੀਤੀ ਹੈ ਸਾਰੀ। ਗੁਰਬਾਣੀ ਕੀ ਕਹਿੰਦੀ ਹੈ, ਮੇਰਾ ਵੈਦ ਗੁਰੂ ਗੋਬਿੰਦ, ਗੁਰੂ ਔਰ ਗੋਬਿੰਦ ਇੱਕ ਨੇ, ਦੋ ਹੈ ਹੀ ਨਹੀਂ, ਗੁਰੂ ਸੰਸਾਰ 'ਚ ਹੁੰਦਾ ਹੀ ਨਹੀਂ, ਕੋਈ ਕਿਸੇ ਨੂੰ ਬੁਲਾ ਹੀ ਨਹੀਂ ਸਕਦਾ। ਗੁਰਦੇਵ ਅੰਦਰ ਹੁੰਦਾ, ਗੁਰਦੇਵ ਮਾਤਾ, ਗੁਰਦੇਵ ਪਿਤਾ, ਗੁਰਦੇਵ ਸਵਾਮੀ ਪਰਮੇਸ਼ਰ, ਗੁਰਦੇਵ ਬਾਹਰ ਹੁੰਦਾ ਹੀ ਨਹੀਂ, ਜਿਹੜਾ ਬਾਹਰ ਵਾਲਾ ਉਹ ਦੱਸ ਸਕਦਾ, ਬੁਲਾ ਨਹੀਂ ਸਕਦਾ, ਬਾਹਰੋਂ ਮਿਲਣਾ ਹੀ ਨਹੀਂ, ਸਭ ਗੱਲਾਂ ਬਾਹਰ ਮੁਖੀ ਸੀ ਉਦੋਂ। ਮੇਰਾ ਵੈਦ ਗੁਰੂ ਗੋਬਿੰਦ, ਹਰ ਹਰ ਨਾਮ ਉਹ ਖੁਦ ਮੁਖ ਦੇਵ ਹੈ, ਕਾਟੇ ਚਮਕੇ ਹੁੰਦਾ। ਇਹ ਗੱਲ ਕਿੱਥੇ, ਉਹ ਗੱਲ ਕਿੱਥੇ, ਸਿੱਖਾਂ ਨੂੰ ਤਾਂ ਇਸ ਗੱਲ ਦਾ ਵੀ ਨਹੀਂ ਪਤਾ, ਵਿਦਵਾਨਾਂ ਨੂੰ ਇਸ ਗੱਲ ਦਾ ਨਹੀਂ ਪਤਾ, ਇਹ ਫਰਕ ਕੀ ਹੈ, ਕੱਚੀ ਬਾਣੀ ਕੀ ਹੁੰਦੀ ਹੈ, ਪੱਕੀ ਕੀ ਹੁੰਦੀ ਹੈ। ਉਹ ਬਾਣੀ ਸਾਰੀ ਕੱਚੀ ਹੈ, ਗੁਰਦਾਸ ਦੀਆਂ ਬਾਰਾਂ ਸਾਰੀ ਕੱਚੀ ਬਾਣੀ, ਇੱਕ ਵੀ ਗੱਲ ਪੱਕੀ ਨਹੀਂ ਉਹ 'ਚ। ਸਤਿਗੁਰ ਨਾਨਕ ਪ੍ਰਗਟਿਆ ਤਾਂ ਠੀਕ ਹੈ, ਮਿੱਟੀ ਧੁੰਦ ਜਗ ਚੰਨ ਧੁੰਦ ਤਾਂ ਬਹੁਤ ਪਹਿਲਾਂ ਮਿਟ ਜਾਂਦੀ ਹੈ, ਜਗ ਚੰਨ ਕਿਵੇਂ ਹੋਇਆ, ਜਗ ਤਾਂ ਜਗ ਦਾ ਹਰ ਸਰੀਰ ਹੈ, ਜਗ ਚੰਨ ਸੂਰਜ ਕਰਦਾ ਬਾਹਰ, ਜਗ ਚੰਨ ਕੱਚੀ ਬਾਣੀ ਹੈ। ਉਹ ਚੰਨ ਹਿਰਦੇ 'ਚ ਹੋਣਾ, ਜਾਗੇ ਥੋੜ੍ਹੀ ਚੰਨ ਹੋਣਾ, ਗਿਆਨ ਦਾ ਚੰਨ ਜਗ 'ਚ ਨਹੀਂ ਹੁੰਦਾ ਹੁੰਦਾ, ਜਾਗੇ ਸੂਰਜ ਦਾ ਚੰਨ ਹੁੰਦਾ। ਜੇ ਸੌ ਚੰਦਾ ਉਗਵੈ ਸੂਰਜ ਚੜ੍ਹੇ ਹਜ਼ਾਰ, ਜਗ ਦੇ ਵਿੱਚ ਤਾਂ ਚੰਨ ਸੂਰਜ ਦਾ, ਇੱਥੇ ਚੰਨ ਹੁੰਦੇ ਆ ਗੁਰਬਿੰਦ ਘੋਰਾਂ ਦਾ ਹਰ, ਉੱਥੇ ਗਿਆਨ ਦਾ ਚੰਨ ਹੋਣਾ, ਜਗ ਦੇ ਵਿੱਚ ਚੰਨ ਕਹਿ ਰਹੇ ਨੇ ਉੱਥੇ, ਔਰ ਆਪਣੇ ਅੰਦਰ ਚੰਨ ਉੱਠਦਾ, ਬਾਹਰ ਨਹੀਂ ਚੰਨ ਕਰਦਾ ਕੋਈ, ਬਾਹਰ ਨਹੀਂ ਹੁੰਦਾ ਹੁੰਦਾ ਚੰਨ। ਹਿੰਦੂ ਮਤ ਹੈ ਸਾਰੀ ਗੁਰਦਾਸ ਦੀਆਂ ਜਿਹੜੀਆਂ ਗੁਰਦਾਸ ਨੇ, ਔਰ ਗੁਰਦਾਸ ਨੇ ਤਾਂ ਅਖਬਾਰ ਲਿਖੀ ਹੋਈ ਨਹੀਂ ਇੱਕ ਵੀ, ਦੋ ਪਾਤੀ ਉਹਦੇ ਮੈਂ ਖਾਊਂਗਾ। ਇਹੋ ਜਿਹੀਆਂ ਵਾਰਾਂ ਕਿਵੇਂ ਲਿਖ ਦਿੰਦਾ ਉਹ, ਪਾਗਲ ਸੀ। ਹਾਂਜੀ, ਮਨਸਾ ਆਸਾ ਸ਼ਬਦ ਜਲਾਈ, ਮਨਸਾ ਆਸਾ ਸ਼ਬਦ ਜਲਾਈ, ਗੁਰਮੁਖੀ ਜੋਤ ਜਿਹੜਾ ਉਪਦੇਸ਼ ਹੈ, ਇਹੀ ਆਸਾ ਮਨਸਾ ਨੂੰ ਤਾਂ ਪਹਿਲਾਂ ਹੀ ਜਲਾ ਦਿੰਦਾ। ਗੁਰਬਾਣੀ ਦੀ ਕੋਈ ਸ਼ਕਤੀ ਥੋੜ੍ਹੀ ਜਿਹੀ ਗੱਲ ਹੈ, ਗੁਰਬਾਣੀ ਨੂੰ ਮੰਨਣ ਵਿੱਚ ਸ਼ਕਤੀ ਹੈ, ਪੜ੍ਹਨ ਵਿੱਚ ਸ਼ਕਤੀ ਨਹੀਂ ਹੈ। ਦਵਾਈ ਹਜ਼ਮ ਕਰਨ ਵਿੱਚ ਸ਼ਕਤੀ ਹੈ, ਜੇ ਹਜ਼ਮ ਨਹੀਂ ਹੋਈ ਦਵਾਈ 'ਚ ਕੋਈ ਸ਼ਕਤੀ ਨਹੀਂ। ਦਵਾਈ ਕੋਈ ਖਾ ਲਵੇ, ਹਜ਼ਮ ਨਹੀਂ ਜੇ ਹੋਈ ਕੋਈ ਤਾਕਤ ਨਹੀਂ ਸਰੀਰ ਨੂੰ ਮਿਲਣੀ, ਉਹਦੀ ਕੋਈ ਅਸਰ ਨਹੀਂ। ਗੁਰਬਾਣੀ ਦੇ ਮੰਨਣ ਵਿੱਚ ਸ਼ਕਤੀ ਹੈ, ਪੜ੍ਹਨ ਵਿੱਚ ਵੀ ਕੋਈ ਸ਼ਕਤੀ ਨਹੀਂ। ਪੜ੍ਹਨ ਵਿੱਚ ਹੋਮੇ ਨੂੰ ਸ਼ਕਤੀ ਪੱਠੇ ਪੈ ਸਕਦੇ ਨੇ, ਆ ਜਿਹੜੇ ਬਾਣੀ ਪੜ੍ਹਦੇ ਨੇ ਨਾ, ਉਹਨਾਂ ਦਾ ਹੰਕਾਰ ਜ਼ਰੂਰ ਵਧਿਆ ਹੋਇਆ, ਹੋਮੇ ਨੂੰ ਪੱਠੇ ਜ਼ਰੂਰ ਪੈਂਦੇ ਨੇ, ਆਹੀ ਸ਼ਕਤੀ ਹੋਮੇ ਨੂੰ ਸ਼ਕਤੀ ਮਿਲਦੀ ਹੈ। ਜੋ ਬੰਦੇ ਲੈਵਲ 'ਤੇ ਕੰਮ ਕੀਤਾ, ਉਹਦੀ ਸ਼ਕਤੀ ਮਨ ਨੂੰ ਮਿਲਦੀ ਹੈ, ਗੁਰਬਾਣੀ ਮਨ ਨੂੰ ਕਮਜ਼ੋਰ ਕਰਦੀ ਹੈ। ਜੇ ਹੋਮੇ ਕਮਜ਼ੋਰ ਹੁੰਦੀ ਹੈ ਤਾਂ ਮਨ ਕਮਜ਼ੋਰ ਹੁੰਦਾ, ਮਨ ਕਮਜ਼ੋਰ ਹੋ ਕੇ ਹਾਰ ਮੰਨੂਗਾ, ਮਨ ਨੂੰ ਹਰਾਉਣਾ, ਮਨ ਨੂੰ ਜਿਤਾਉਣਾ ਨਹੀਂ। ਜਿਹਨੇ ਮਨ ਨੂੰ ਜਿਤਾਉਣਾ, ਉਹ ਮਨ ਨੂੰ ਪੱਠੇ ਪਾਵੇ ਹੋਮੇ ਨੂੰ। ਜੇ ਮਨ ਨੂੰ ਹਰਾਉਣਾ, ਮਨ ਕੇ ਹਾਰੇ ਜੀਤ ਹੈ, ਅਕਲ ਦੀ ਜਿੱਤ ਮੰਨਦੇ ਹਾਰ ਮੰਨਣ 'ਤੇ ਹੈ, ਮਨ ਕੇ ਜੀਤੇ ਹਾਰ, ਇਹ ਤਾਂ ਸਾਰੇ ਮਨਮੁੱਖ ਨੇ। ਬਾਣੀ ਦੇ ਮੰਨਣ ਨਾਲ ਮਨ ਕਮਜ਼ੋਰ ਹੁੰਦਾ, ਮਨ ਦੇ ਉੱਤੇ ਲੱਦ ਹੁੰਦਾ ਕੁਛ ਲੱਦ, ਇਸ ਕਰਕੇ ਮਨ ਨਹੀਂ ਮੰਨਦਾ, ਜਿਵੇਂ ਖੋਤੇ 'ਤੇ ਵਜਨ ਲੱਦੀ ਦਾ, ਖੋਤਾ ਕਰ ਜਾਂਦਾ ਮੇਰੇ 'ਤੇ ਵਜਨ ਲੱਦਿਆ ਜਾਵੇ, ਖਰਕਾ ਪੈਖੜ ਤਾਂ ਛੁੱਟਾ ਜਾਂ ਉੱਪਰ ਲੱਦਾ, ਪੂਰਾ ਵਜਨ ਲੱਦ ਦੋ ਅਤੇ ਫਾਲਤੂ ਛੱਡ ਦੋ, ਉਹਦਾ ਪੈਖੜ ਭੱਜ ਉੱਠ ਕਿੱਧਰ ਭੱਜਦਾ, ਮਨ ਕਿਉਂ ਨਹੀਂ ਮੰਨਦਾ ਬਾਣੀ ਨੂੰ, ਇਹ ਤਾਂ ਬੋਝ ਆਉਂਦਾ।
ਸਾਰਾ ਬੋਝ ਇਹ ਤੇ ਹੀ ਆਉਂਦਾ ਬਾਣੀ ਬੋਲਣ ਦਾ। ਬੁੱਧੀ ਹਲਕੀ ਹੋਊਗੀ ਮਨ ਤੇ ਬਦਲ ਪਊਗਾ, ਮਨ ਤੇ ਬਦਲ ਕੋਈ ਪੜੋ ਚਾਹੁੰਦਾ ਨੀ, ਬੰਦੇ ਕੌਣ ਮਰਜ਼ੀ ਖਤਮ ਹੁੰਦੀ ਹੈ ਬੰਦੀ। ਤ੍ਰੈ ਗੁਣ ਮੇਟੇ ਖਾਈਏ ਸਾਰ ਨਾਨਕ ਤਾਰੇ ਤਾਰਨ ਹਾਰ। ਤ੍ਰੈ ਗੁਣ ਮੇਟੇ ਖਾਈਏ ਸਾਰ, ਇਹ ਤੈਨੂੰ ਗੁਣ ਬਟਾਉਣੇ ਨੇ, ਉਹ ਜਿਹੜੇ ਰਜੋ ਤਮੋ ਸਤੋ ਵਾਲੇ ਨੇ ਤੈਨੂੰ ਗੁਣ, ਉਹ ਤਿੰਨਾ ਗੁਣ ਤਿੰਨਾਂ ਉਗੜ ਨੇ ਤਾਂ ਮਟਾਉਣੇ ਨੇ। ਇਹ ਜਿਹੜੇ ਹਿੰਦੂ ਮਤ ਵਾਲੇ ਨੇ ਇਹਨਾਂ ਨੂੰ ਗੁਣ ਮੰਨਦੇ ਨੇ, ਮਾਇਆਧਾਰੀ ਗੁਣ ਮੰਨਦੇ ਨੇ, ਇਹ ਸਰਗੁਣ ਉਹਨੂੰ ਮੰਨਦੇ ਨੇ ਜੀ ਜੇ ਤਿੰਨ ਔਗਣ ਹੋਣ ਰਜੋ ਤਮੋ ਸਤੋ। ਇਹ ਤਿੰਨੇ ਗੁਣ ਤਾਂ ਖਤਮ ਕਰਨੇ ਨੇ ਅੰਦਰੋਂ ਰਜੋ ਤਮੋ ਸਤੋ। ਇਹ ਤਿੰਨ ਖਾਈਆਂ ਨੇ, ਦੁਆ ਵਰ ਕੋਟ ਔਰ ਤੇਵਰ ਖਾਈ, ਸਤੋ ਗੁਣ ਦੀ ਖਾਈ ਇੰਨੀ ਖਤਰਨਾਕ ਹੈ ਜੀ, ਸੰਤ ਡਿੱਗੇ ਹੋਏ ਨੇ ਇਹ ਜੋ ਨਿਵਾਰ ਨਿਕਲਦਾ। ਇਹ ਤਾਂ ਬਾਈਪਾਸ ਨਿਕਲ ਜਾਵੇ ਇਹਨਾਂ ਨੂੰ, ਰਸਤਾ ਹੀ ਇਸ ਰਸਤੇ ਨਹੀਂ ਜਾਈਦਾ ਹੁੰਦਾ। ਜਿਹੜਾ ਇਸ ਰਸਤੇ ਜਾਊ ਤਮੋ ਗੁਣ ਤੋਂ ਸਤੋ ਗੁਣ ਚਾਹੂ ਸਤੋ ਗੁਣ, ਨਾ ਤਮੋ ਗੁਣ ਤੋਂ ਰਜੋ ਗੁਣ, ਰਜੋ ਗੁਣ ਤੋਂ ਸਤੋ ਗੁਣ ਚਲਾ ਗਿਆ ਉੱਥੇ ਫਸ ਜੂਗਾ। ਸਤੋ ਗੁਣ ਦੇ ਵਿੱਚ ਤਾਂ ਰੁਕਣਾ ਹੀ ਨਹੀਂ ਹੈ, ਸਤੋ ਗੁਣ ਤਾਂ ਬਾਈਪਾਸ ਕਰ ਜਾਣਗੇ ਖਾਈ, ਬਸ ਉਹ ਭਰ ਕੇ ਉੱਤੇ ਦੀ ਰੁਕ ਜਾਣ। ਸਤੋ ਗੁਣ ਦੀ ਖਾਈ ਜੋ ਕੋਈ ਬਾਹਰ ਨਹੀਂ ਨਿਕਲਦਾ ਹੁੰਦਾ, ਸਤੋ ਗੁਣ ਤਾਂ ਪ੍ਰਪੰਚ ਹੈ। ਜਿੰਨੇ ਲੋਕ ਭਲਾਈ ਦੇ ਕੰਮ ਸੰਤ ਕਰਦੇ ਨੇ ਸਭ ਸਤੋ ਗੁਣ ਦੀ ਖਾਈ 'ਚ ਡਿੱਗੇ ਹੋਏ ਨੇ, ਚਾਹੇ ਕੋਈ ਲੰਗਰ ਚਲਾਉਂਦਾ, ਚਾਹੇ ਕੋਈ ਬਈ ਨਦੀ ਸਾਫ਼ ਕਰਦਾ, ਚਾਹੇ ਕੋਈ ਪੁੱਲ ਲਾਉਂਦਾ, ਚਾਹੇ ਕੁਛ ਕਰਦਾ, ਸਭ ਖਾਈ 'ਚ ਡਿੱਗੇ ਹੋਏ ਨੇ। ਇਹ ਇੱਥੋਂ ਨਿਕਲ ਨਹੀਂ ਸਕਦੇ, ਗਿਆਨ ਇਹਨਾਂ ਨੂੰ ਹੋਣਾ ਹੀ ਨਹੀਂ। ਜਿੱਦਣ ਗਿਆਨ ਹੋ ਗਿਆ ਉਦਣ ਇਹ ਛੱਡ ਜਾਣਗੇ, ਗਿਆਨ ਪਿਆ ਤਾਂ ਕਰਮੇ ਨਾਲ ਇਹ ਕਰਮ ਕਾਂਡ 'ਚ ਫਸੇ ਨੇ, ਗਿਆਨ ਪਿਆ ਤਾਂ ਕਰਮੇ ਨਾਲ ਕਰਮ, ਗਿਆਨ ਪਹਿਲਾਂ ਹੋ ਜਾਂਦਾ ਪਿੱਛੋਂ ਕੰਮ ਕਰਦਾ ਜਿਹੜਾ, ਉਹ ਤਾਂ ਜੋ ਬਚ ਰਹਿੰਦਾ ਖਾਈ ਤੋਂ, ਉਹ ਖਾਈ ਤੇ ਪਰਲੇ ਪਾਸੇ ਜਾ ਕੇ ਕੰਮ ਕਰਦਾ। ਇੱਕ ਖਾਈ ਦੇ ਵਿੱਚ ਖੜ ਕੇ ਖਾਈ ਨੂੰ ਡੂੰਘਾ ਕਰਦੇ ਨੇ, ਇੱਕ ਪਰਲੇ ਪਾਸੇ ਟੱਪ ਕੇ ਖਾਈ ਦੇ ਖਾਈ ਨੂੰ ਕਿਸੇ ਮਸ਼ੀਨ ਦਾ ਡੂੰਘਾ ਕਰਾਉਂਦੇ। ਪਹਿਲਾਂ ਆਪ ਪਾਰ ਖੜਾ, ਕਰਮ ਕਰਤ ਹੋਏ ਡੇ ਕੰਮ। ਜੇ ਗੁਰੂਆਂ ਨੇ ਕੰਮ ਕੀਤੇ ਨੇ ਉਹ ਪਹਿਲਾਂ ਖਾਈਆਂ ਤਿੰਨ ਪਾਰ ਕਰਕੇ ਬਾਅਦ 'ਚ ਕਰਦੇ ਸੀ ਉਹ ਕੰਮ। ਜੇ ਉਹ ਖਾਈ ਡੂੰਘੀ ਕਰਨੀ ਹੈ ਤਾਂ ਪਹਿਲਾਂ ਖਾਈ ਟੱਪ ਜਾਓ ਆਪ, ਫਿਰ ਡੂੰਘੀ ਕਰੀ ਜਾਓ, ਫਿਰ ਉਹਦੀ ਜੋ ਮਰਜ਼ੀ ਕਰੀ ਜਾਓ, ਪਾਣੀ ਛੱਡ ਦਿਓ ਜੋ ਮਰਜ਼ੀ ਕਰੋ, ਆਪ ਪਹਿਲਾਂ ਪਾਰ ਹੋ ਜਾਓ। ਤੈ ਗੁਣ ਮੇਟਾ ਖਾਈਏ ਸਾਰ, ਜੇ ਕਿਸੇ ਨੇ ਸਾਰ ਗਿਆਨ ਖਾਣਾ ਨਾ ਤਾਂ ਜਿਹੜਾ ਸਰੀਰ ਹੈ ਮਾਇਆ, ਤ੍ਰੈ ਗੁਣ ਮਾਇਆ, ਰਜਗੁਣ ਤਮਗੁਣ ਸਤਗੁਣ ਕਹੀਏ, ਇਹ ਤੇਰੀ ਸਭ ਮਾਇਆ, ਇਹ ਮਾਇਆ, ਮਾਇਆ ਤੋਂ ਉੱਪਰ ਉੱਠਣਾ ਪਊਗਾ। ਗੁਰਬਾਣੀ 'ਚ ਕੋਈ ਮਾਇਆ ਦੇ ਅਰਥ ਨਹੀਂ ਹੈ, ਕੋਈ ਬਾਹਰਲੇ ਸਰੀਰ ਦੇ ਅਰਥ ਨਹੀਂ, ਕੋਈ ਮਾਇਆ ਦੀ ਗੱਲ ਨਹੀਂ। ਮਾਇਆ ਤੋਂ ਛੁੱਟਣ ਦੀ ਗੱਲ ਤਾਂ ਹੈ, ਮਾਇਆ ਦੀ ਕੋਈ ਵੀ ਗੱਲ ਨਹੀਂ ਹੈ, ਮਾਇਆ ਦੀ ਵਡਿਆਈ ਦੀ ਗੱਲ ਨਹੀਂ ਹੈ। ਸਾਰ ਗਿਆਨ ਮਾਇਆ ਦੇ ਗਿਆਨ ਤੋਂ ਉੱਪਰ ਹੈ। ਰਾਮ ਰਤਨ ਤਾਂ ਪਾਈਏ ਜਬ ਪਹਿਲੇ ਤਜੇ ਸਰੀਰ, ਆ ਸਰੀਰ ਜੇ ਛੱਡ ਦੇਵੇ ਬਾਹਰਲਾ, ਇਹਨੂੰ ਭੁੱਲ ਜਾਵੇ, ਅੰਦਰਲੇ ਸਰੀਰ ਦੀ ਗੱਲ ਕਰੇ, ਅੰਦਰਲੇ ਸਰੀਰ ਦੇ ਨੇਤਰ ਨੇ ਜਿਹੜੇ ਉਹ ਸਾਰ ਹੈ, ਅੰਦਰਲੇ ਸਰੀਰ ਦੇ ਹੱਥ ਨਹੀਂ ਹੁੰਦੇ, ਕਰ ਹੁੰਦੇ ਨੇ, ਹੱਥ ਐ ਹੁੰਦੇ ਨੇ, ਕਰ ਉਹ ਹੁੰਦੇ ਨੇ, ਕੰਨ ਐ ਹੁੰਦੇ ਨੇ, ਸਰਵਣ ਉਹ ਹੁੰਦੇ ਨੇ। ਸਰਵਣ ਸਾਰ ਗੱਲ ਹੈ, ਕੰਨ ਸਾਰ ਗੱਲ ਨਹੀਂ ਹੈ। ਜੇ ਕੰਨ ਔਰ ਸਰਵਣ ਇੱਕ ਨੇ ਫਿਰ ਸਾਰ ਦੇ ਵਿੱਚ ਵਿਸਾਰ ਰਲ ਗਿਆ, ਸਾਰ ਦੇ ਵਿੱਚ ਵਿਸਾਰ ਰਲ ਗਿਆ, ਸਾਰ ਵਿਸਰ ਗਿਆ। ਚੀਨੀ ਚ ਹਲਦੀ ਰਲ ਗਈ, ਫਿਰ ਹਲਦੀ ਰਲਾ ਦੀ, ਚੀਨੀ ਦੇ ਵਿੱਚ ਕੀ ਬਣ ਜਾਂਦਾ, ਰੰਗ ਚੜ ਗਿਆ, ਜਿੱਟਾ ਤਾਂ ਰਿਹਾ ਹੀ ਨਾ, ਉਹਨੇ ਆਪਣਾ ਰੰਗ ਚਾੜਤਾ ਹਲਦੀ ਨੇ। ਉੱਧਰ ਚੂਨੇ ਨੂੰ ਚਾੜਿਆ ਸੀ, ਹਲਦੀ ਪੀ ਰਹੀ, ਚੂਨਾ ਉਜਲ ਪਾਏ, ਪਰ ਅਸੀਂ ਤਾਂ ਮਿੱਠੇ ਨੂੰ ਚੜਾਉਣਾ ਰੰਗ, ਸੱਚ ਮਿੱਠਾ ਨਾ।
ਤੈ ਗੁਣ ਮੇਟੇ ਖਾਈਏ ਸਾਰ ਨਾਨਕ ਤਾਰੇ ਸਾਰ ਗਿਆਨ ਖਾਣ ਵਾਸਤੇ ਭਾਈ ਰਜੋ ਤਮੋ ਸਤੋ ਤਿੰਨੇ ਤਿਆਗਣੇ ਪੈਣਗੇ ਸੰਸਾਰ ਦਾ ਇਹ ਜਿਹੜਾ ਭਲਾਈ ਦੇ ਕੰਮ ਨੇ ਇਹ ਤਿਆਗਣੇ ਪੈਣਗੇ ਮੈਂ ਨਹੀਂ ਕਰ ਸਕਦਾ ਜੋ ਪਰਮੇਸ਼ਰ ਕਰ ਰਿਹਾ ਠੀਕ ਕਰ ਰਿਹਾ ਜੇ ਉਹਨੇ ਕੋਈ ਗਰੀਬ ਬਣਾਇਆ ਖਬਰ ਉਹਨੇ ਕਿਉਂ ਬਣਾਇਆ ਜੇ ਉਹਨੇ ਦੁੱਖ ਦਿੱਤਾ ਸ਼ਾਇਦ ਉਹਨੂੰ ਦੁਆ ਦਿੱਤੀ ਹੈ ਜਿਹਨਾਂ ਨੂੰ ਸੁੱਖ ਦਿੱਤਾ ਉਹਨੂੰ ਰੋਗ ਦਿੱਤਾ ਜੇ ਅਸੀਂ ਦੁਖੀ ਨੂੰ ਸੁਖੀ ਕਰਨਾ ਚਾਹੁੰਦੇ ਹਾਂ ਅਸੀਂ ਉਹਨੂੰ ਰੋਗੀ ਰੋਗ ਦੇਣਾ ਚਾਹੁੰਦੇ ਹਾਂ ਕਿਤੇ ਇਹ ਤਾਂ ਨਹੀਂ ਗੱਲ ਅਸੀਂ ਰੋਗ ਦੇਣਾ ਚਾਹੁੰਦੇ ਹਾਂ ਉਹ ਹਰ ਗੱਲ ਤੋਂ ਡਰਦਾ ਉਹਨੂੰ ਹਰ ਗੱਲ ਤੋਂ ਡਰ ਲੱਗਦਾ ਕਿਉਂ ਤਾਂ ਵਿਗਿਆਨ ਘੱਟ ਹੈ ਪਰਮੇਸ਼ਰ ਕੀ ਕਰ ਰਿਹਾ ਉਹਨੂੰ ਕੀ ਪਤਾ ਕਿਉਂ ਕਰਦਾ ਉਸ 'ਤੇ ਹੋਏ ਨਾ ਹੀ ਕੁਛ ਬੁਰਾ ਔਰ ਇਹ ਕਹੋ ਕਹਿੰਦੇ ਕੁਛ ਕਰਾ ਉਹਨੂੰ ਇਸ ਗੱਲ 'ਤੇ ਵਿਸ਼ਵਾਸ ਹੈ ਆ ਲੋਕਾਂ ਨੂੰ ਇਸ ਗੱਲ 'ਤੇ ਵਿਸ਼ਵਾਸ ਹੈ ਨਹੀਂ ਜਿਹਨਾਂ ਨੂੰ ਇਸ ਗੱਲ 'ਤੇ ਵਿਸ਼ਵਾਸ ਹੈ ਨਹੀਂ ਉਹਨਾਂ ਨੂੰ ਪਰਮੇਸ਼ਰ ਦੀ ਕੀਤੀ ਚੰਗੀ ਨਹੀਂ ਲੱਗਦੀ ਨਹੀਂ ਚੰਗੀ ਲੱਗਦੀ ਉਹਨਾਂ ਉਹ ਪਰੇਸ਼ਾਨ ਨਹੀਂ ਹੁੰਦੇ ਦੇਖ ਕੇ ਕਿਸੇ ਨੂੰ ਉਹ ਤਾਂ ਜੱਜ ਹੈ ਕਿਸੇ ਨੂੰ ਫਾਂਸੀ ਦਿੰਦਾ ਵੀ ਜੱਜ ਦਾ ਕੀ ਕੀਤਾ ਬਈ ਉਹਨੇ ਵਿਚਾਰਾ ਜੱਜ ਦਾ ਤਾਂ ਕੋਈ ਨਹੀਂ ਵਿਗਾੜਿਆ ਪਰ ਉਹ ਕਹਿ ਰਿਹਾ ਫਾਂਸੀ ਦੇ ਦੇ ਪਾਪ ਤਾਂ ਉਹ ਕਰ ਰਿਹਾ ਫਿਰ ਜੱਜ ਜੋ ਮੰਨੇ ਮੈਂ ਪਾਪ ਕਰ ਰਿਹਾ ਇਹਦੇ ਵੀ ਨਿਆਣੇ ਨੇ ਤਾਂ ਫਿਰ ਜੱਜ ਬਣ ਲਿਆ ਤਾਂ ਕਰੂਅਲ ਹੈ ਫਿਰ ਤਾਂ ਬੜੇ ਬੜੇ ਜੱਜ ਕਰੂਅਲ ਨੇ ਇਹਨਾਂ ਦੀ ਨਿਗਾਹ ਦੇ ਵਿੱਚ ਕਮਜ਼ੋਰ ਆਦਮੀ ਦਾ ਫਾਂਸੀ ਵੀ ਨਹੀਂ ਦੇ ਸਕਦਾ ਜਿਹਨਾਂ ਨੇ ਪਾਪ ਕੀਤੇ ਨੇ ਉਹਨਾਂ ਨੂੰ ਵੀ ਘੜ ਰਿਹਾ ਹੈ ਉਹ ਘੜ ਰਿਹਾ ਘੜਨਾ ਹੀ ਸਜ਼ਾ ਉਹਦੀ ਘੜੀਏ ਘੜੀਏ ਮਾਰੀਏ ਪਹਿਰੀ ਮਿਲੇ ਸਜਾਏ ਤੁਸੀਂ ਇਹੀ ਉਹਨੂੰ ਸਜ਼ਾ ਸਮਝ ਲਓ ਉਹ ਤਾਂ ਘੜ ਰਿਹਾ ਤੁਸੀਂ ਉਹਨੂੰ ਸਜ਼ਾ ਸਮਝ ਲਓ ਇਹ ਸਾਨੂੰ ਪਿਛਲੇ ਪਤਾ ਹੀ ਨਹੀਂ ਪਿੱਛੇ ਅੱਗੇ ਦਾ ਅਤੇ ਅਸੀਂ ਐਵੇਂ ਖਾਮ ਖਾਂ ਵਿੱਚ ਅੜਾਏ ਤੁਸੀਂ ਆਪਣਾ ਕੰਮ ਕਰੋ ਜਿਹੜਾ ਕਰਨਾ ਹੈ ਦੁਨੀਆ ਦਾ ਠੇਕਾ ਉਹਨੇ ਆਪ ਲਿਆ ਹੋਇਆ ਜਿਹਨੇ ਪੈਦਾ ਕੀਤੀ ਆਪਣਾ ਬੋਝ ਚੱਕ ਨਹੀਂ ਹੁੰਦਾ ਦੁਨੀਆ ਦਾ ਆਪਣੇ ਸਿਰ 'ਤੇ ਲੱਦ ਆਪਣਾ ਤਾਂ ਬੋਝ ਚੱਕ ਨਹੀਂ ਹੁੰਦਾ ਠੇਕਾ ਲੈਂਦੇ ਨੇ ਸੰਸਾਰ ਉਹਨਾਂ ਦਾ ਪ੍ਰਪੰਚ ਰਚਣਾ ਸੰਤਾਂ ਨੇ ਵਡਿਆਈ ਦੀ ਭੁੱਖ ਉਹਨਾਂ ਨੂੰ ਹੈ ਪੈਸੇ ਦੀ ਭੁੱਖ ਉਹਨਾਂ ਨੂੰ ਹੈ ਕਾਰਾਂ ਦੀ ਭੁੱਖ ਉਹਨਾਂ ਨੂੰ ਹੈ ਨਾਮ ਦੀ ਭੁੱਖ ਹੈ ਨਹੀਂ ਜਿਹਨੂੰ ਨਾਮ ਦੀ ਭੁੱਖ ਆ ਉਹਨੂੰ ਇਹ ਭੁੱਖਾਂ ਨਹੀਂ ਹਨ ਜਿਹਨੂੰ ਉਹ ਭੁੱਖ ਹਨ ਉਹਨੂੰ ਨਾਮ ਦੀ ਭੁੱਖ ਹੈ ਵੀ ਬਸ ਇੱਥੇ ਹੀ ਰਹਿਣਾ ਹੈ ਕੰਮ ਪਹਿਲਾਂ ਵੀ ਇਹੀ ਰਿਹਾ ਹੁਣ ਵੀ ਇਹੀ ਰਹੂਗਾ ਇਹ ਰਹੂਗਾ ਹੀ ਰਹੂਗਾ ਫਰਕ ਤ੍ਰੈ ਗੁਣ ਬੇਟੇ ਖਾਈਏ ਸਾਰ ਨਾਨਕ ਤਾਰੇ ਤਾਰਨ ਹਾਰ ਨਾਨਕ ਜਿਹੜਾ ਤਰਨ ਦੀ ਗੱਲ ਹੈ ਜਿੱਥੇ ਤੱਕ ਤਾਰਨ ਹਾਰ ਤਾਰ ਦਿੱਤਾ ਫਿਰ ਜੇ ਤ੍ਰੈ ਗੁਣ ਤੋਂ ਉੱਪਰ ਹੋਵੇ ਬੇੜ ਦਵੇ ਤਾਰਨ ਹਾਰ ਹੈ ਜਿਹੜਾ ਤਾਰ ਦਿੱਤਾ ਤਾਰ ਦਿੱਤਾ ਡੈਫੀਨੇਟ ਹੈ ਇਹਦੇ ਸ਼ੰਕਾ ਨਹੀਂ ਵੀ ਤਾਰਦਾ ਨਹੀਂ ਉਹ ਸ਼ੰਕਾ ਵਾਲੀ ਕੋਈ ਗੱਲ ਨਹੀਂ ਤਾਰੇ ਨਾਨਕ ਕਹਿੰਦਾ ਫਿਰ ਤਾਰਦਾ ਤਾਰਨ ਹਾਰ ਤਿੰਨੋ ਗੁਣਾਂ ਤੋਂ ਉੱਪਰ ਤਾਂ ਉੱਠੋ ਸਾਰ ਤਾਂ ਖਾਓ ਕੋਈ ਹੱਕਦਾਰ ਤਾਂ ਬਣੂ ਤਰਨ ਦੇ ਜੇ ਸਰੀਰ ਸਣੇ ਜਿਹੜੇ ਚਾਹੁੰਦੇ ਨੇ ਜਾਣਾ ਸੁਰਗ ਨੂੰ ਉਹ ਨਹੀਂ ਜਾ ਸਕਦੇ ਤੁਸੀਂ ਸਣੇ ਸਰੀਰ ਚਾਹੁੰਦੇ ਹੋ ਜਾਣ ਮਰ ਜਾ ਕੋਈ ਸੁਰਗ ਨੂੰ ਮੈਂ ਚਲਾ ਜਾਵਾਂ ਇੱਦਾਂ ਨਹੀਂ ਜਾਂਦਾ ਜਿਹਨੇ ਸੁਰਗ ਜਾਣਾ ਉਹਨੂੰ ਆਪ ਮਰਨਾ ਪੈਣਾ